ਦੀ ਚੋਟੀ ਦੀ ਨਰਗਿਸ ਉਹ ਵੀ ਆਪਣੇ ਪਤੀ Hindu ਪਤੀ ਨਾਲ ਜਗਨਨਾਥ ਪੁਰੀ ਦੇ ਦਰਸ਼ਨ ਕਰਨ ਗਈ ਦੋਹਾਂ ਨੂੰ ਰੋਕ ਦਿੱਤਾ ਪੁਜਾਰੀਆਂ ਨੇ ਫਿਰ ਸ਼ੰਕਰਾਚਾਰੀਆਂ ਨੇ ਫੈਸਲਾ ਕੀਤਾ ਪਤੀ ਜਾ ਸਕਦਾ ਹੈ ਪਤਨੀ ਨਹੀਂ ਜਾ ਸਕਦੀ ਮੁਸਲਮਾਨ ਹੈ ਉਹ ਮੁਸਲਮਾਨ ਹੈ ਕੈਨਨ ਥੋੜੀ ক্রੋਧਤ ਵੀ ਹੋ ਗਈ ਸੀ ਇਹ ਫਿਲਮ 스타 ਆਪ ਸ਼ਬਦ ਵੀ ਬੋਲ ਕੇ ਆਈ। ਬ੍ਰਾਹਮਣ ਕਹਿਣ ਲੱਗੇ ਤੂੰ ਜੋ ਕੁਝ ਕਹਿਣਾ ਹੈ ਖੈ ਅੰਦਰ ਨਹੀਂ ਜਾ ਸਕਦੀ। ਵਾਪਸ ਜਾਓ। ਦਰਸ਼ਨ ਨਹੀਂ ਕਰਨ ਦਿੱਤੇ। ਅੰਦਰ ਨਹੀਂ ਜਾਣ ਦਿੱਤੇ। ਇਹ ਦੇਸ਼ ਦੇ ਵਿੱਚ ਘਟਨਾਵਾਂ ਘਟੀਆਂ ਨੇ। ਸ਼ੰਕਰ ਆਚਾਰੀਆ ਦੇ ਬਣਾਏ ਇਹ ਮੱਠ। ਕੈਨਲ 4 ਮਹੀਨੇ। ਇਹ ਮੰਡਨ ਮੇਸ਼ਰ ਦੀ ਪਤਨੀ ਕੋਲੋਂ ਮੌਲਤ ਮੰਗਦਾ ਹੈ। ਜਿਸ ਸੂਤਰ ਦਾ ਤੋਂ ਵਿਸ਼ਾ ਮੇਰੇ ਸਾਹਮਣੇ ਰੱਖਿਆ ਹੈ ਇਹਦੀ ਮੈਂ ਸਟੱਡੀ ਕਰਕੇ ਆਵਾਂ ਜੇ 4 ਮਹੀਨੇ ਦਾ ਮੌਲਤ ਦੇਵੇਂ ਤੂੰ ਇੱਕ ਵਿਦਵਾਨ ਦੀ ਪਤਨੀ ਇਤਨੀ ਫਰਾਗਦਿਲ ਹੈ ਤਾਂ ਤੇ ਠੀਕ ਹੈ ਨਹੀਂ ਤੇ ਮੈਂ ਹਾਰ ਮੰਨ ਲੈਣਾ ਹਾਰ ਮੰਨ ਲੈਣਾ ਇਹ ਇਮਾਨਦਾਰ ਪੁਰਸ਼ ਸੀ ਸਮਾਦੀਲੀਨ ਪੁਰਸ਼ ਸੀ ਬੜਾ ਮਹਾਨ ਗਿਆਨੀ ਪੁਰਸ਼ ਸੀ ਹਾਰ ਮੰਨ ਲੈਂਦਾ ਮੈਂ ਤੇਰੇ ਕੋਲ ਤੇ ਜੇ ਤੂੰ 4 ਮਹੀਨੇ ਦੀ ਮੈਨੂੰ ਮੌਲਤ ਦੇ ਸਕਦੀ ਹੈ ਤੇ ਤੈਨੂੰ ਆਪਣੇ ਗਿਆਨ ਦੇ ਉੱਤੇ ਇਤਨਾ ਮਾਣ ਹੈ ਤੂੰ 4 ਮਹੀਨੇ ਬਾਅਦ ਫਿਰ ਇਸ ਸੂਤਰ ਨੂੰ ਤੂੰ ਮੇਰੇ ਸਾਹਮਣੇ ਰੱਖੇਂ ਫਿਰ ਆਪਾਂ ਵਿਚਾਰ ਵਟਾਂਦਰਾ ਕਰਾਂਗੇ ਮੰਡਨ ਮਿਸ਼ਰ ਦੀ ਪਤਨੀ ਦਇਆ ਦੇ ਘਰ ਦੇ ਚ ਆ ਗਈ ਇੱਕ ਛੋਟੀ ਦੇ ਵਿਦਵਾਨ ਨੂੰ ਇੱਕ ਛੋਟੀ ਦੇ ਸੰਤ ਨੂੰ ਹੱਥ ਜੋੜ ਕੇ ਬੇਨਤੀ ਕਰਦਿਆਂ ਦੇਖ ਕਹਿੰਨੇ ਕਿ ਠੀਕ ਚਾਰ ਮਹੀਨੇ ਬਾਅਦ ਵਿਚਾਰ ਕਰਾਂਗੇ ਮੰਡਨ ਮਿਸ਼ਰ ਜੀ ਨਹੀਂ ਹਾਰੇ ਖਿੰਦੇ ਨੇ 15 ਦਿਨਾਂ ਬਾਅਦ ਬਨਾਰਸ ਦਾ ਰਾਜਾ ਚਲਾਣਾ ਕਰ ਗਿਆ ਉਸ ਰਾਜੇ ਦੀ লাশ ਮੁਰਦਾ ਸਰੀਰ ਦੇ ਚ ਸ਼ੰਕਰਾਚਾਰੀਆ ਨੇ ਆਪਣਾ ਸੂਖਮ ਸਰੀਰ ਪਾ ਦਿੱਤਾ ਇਹ ਭਾਰਤ ਦੀਆਂ ਕਥਾਵਾਂ ਆ बनारस ਦੇ ਰਾਜੇ ਦੇ ਤਨ ਵਿੱਚ ਇਸ ਸੂਤਰ ਦਾ ਬਹੁਤ ਉਸਨੇ ਹਾਸਲ ਕੀਤਾ ਵੀ ਮੈਂ ਆਪਣੀ ਢੇਹੀ ਇਹ ਦੇਹੀ ਇਸ ਵਿੱਚ ਗਲਤਾਨ ਨਹੀਂ ਕਰਨੀ ਕੋਈ ਡੰਗ ਲੱਗਣ ਲਵਣਾ ਸੀ ਸੂਖਸ਼ਮ ਸਰੀਰ ਕੱਢਿਆ ਲੇਕਿਨ ਸੂਖਸ਼ਮ ਸਰੀਰ ਦੀ ਤੇ ਸਾਰੀ ਖੇੜੇ ਸੂਖਸ਼ਮ ਸਰੀਰ ਤੇ ਮੈਲਾ ਹੁੰਦਾ ਇਹਦੀ ਮੈਲ ਤੇ ਪਾਣੀ ਨਾਲ ਅਸੀਂ ਧੋ ਦਿੰਨੇ ਆ ਉਹਦੀ ਨਹੀਂ ਦੁਲਦੇ ਔਰ ਉਹ ਮੈਲਾ ਹੁੰਦਾ ਹੈ ਸੀਮਾਂ ਤੋਂ ਵਧੇ ਹੋਏ ਹੰਕਾਰ ਨਾਲ ਸੀਮਾਂ ਤੋਂ ਵਧੇ ਹੋਏ ਲੋਭ ਨਾਲ ਸੀਮਾਂ ਤੋਂ ਵਧੇ ਹੋਏ ਕਾਮ ਨਾਲ ਸੀਮਾਂ ਤੋਂ ਵਧੇ ਹੋਏ ਮੋਹ ਨਾਲ ਭਿਆੰਕਰ ਕ੍ਰੋਧ ਨਾਲ ਉਹ ਸਰੀਰ ਮੈਲਾ ਹੁੰਦਾ ਹੈ ਜੋ ਪਾਣੀ ਨਾਲ ਨਹੀਂ ਧੁੱਲਦਾ ਪਾਣੀ ਪਹੁੰਚਦਾ ਹੀ ਨਹੀਂ ਕਿਉਂਕਿ ਉਹ ਸਰੀਰ ਨਿਰਆਕਾਰ ਹੈ ਉਹਦਾ ਆਕਾਰ ਨਹੀਂ ਹੈ ਕਿਉਂਕਿ ਨਿਰਆਕਾਰ ਹੈ ਤੋ ਨਿਰੰਕਾਰ ਦੇ ਸੂਖਸ਼ਮ ਸਰੀਰ ਹੀ ਲਈਨ ਹੋ ਸਕਦਾ ਹੈ ਇਹ ਨਹੀਂ ਹੈ ਤੇ ਬਸਮ ਹੋ ਜਾਂਦਾ ਹੈ ਇੱਥੇ ਹੀ ਖਾਕ ਹੋ ਜਾਂਦਾ ਹੈ ਇੱਥੇ ਹੀ ਰਾਖ ਹੋ ਜਾਂਦਾ ਹੈ ਅਗਲੀ ਯਾਤਰਾ ਤੇ ਸਾਡਾ ਸੂਖਸ਼ਮ ਸਰੀਰ ਜਾਂਦਾ ਹੈ ਕਹਿੰਦੇ ਨੇ 4 ਮਹੀਨੇ ਬਾਅਦ ਇਸ ਤਰ੍ਹਾਂ ਦੀ ਹਾਲਤ ਸ਼ੰਕਰਾਚਾਰੀਆ ਨੇ ਸਿਰਫ 1 ਮਹੀਨਾ ਰੱਖੀ ਉਹ ਸਰੀਰ ਵਿੱਚ ਸਾਰੇ ਲੋਕਾਂ ਨੂੰ ਮਹਿਸੂਸ ਹੋਇਆ ਇਹ ਰਾਜਾ ਇਹਦਾ ਵਿਵਹਾਰ ਹੀ ਬਦਲਿਆ ਹੋਇਆ ਹੈ ਬਨਾਰਸ ਦਾ ਰਾਜਾ ਇਹ ਰਾਜਪਾਟ ਦੇ ਗੋਰੀ ਭੁੱਲ ਗਿਆ ਉਹ ਰਾਜਨੀਤੀ ਚਲਾਉਂਦਾ ਹੀ ਨਹੀਂ ਸੀ ਸ਼ੰਕਰਾਚਾਰੀਆ ਰਾਜ ਨਹੀਂ ਤੱਕ ਹੈ ਹੀ ਨਹੀਂ ਸਨ ਲੋਕਾਂ ਨੂੰ ਸ਼ਕਤੇ ਸੀ ਕਰਵਾਲਿਆਂ ਨੂੰ ਸ਼ਕਤੇ ਸੀ ਵੀ ਇਹ ਕੀ سلسلہ ਹੋ ਰਿਹਾ ਹੈ ਇਥੇ ਬਿਲਕੁਲ ਬਦਲੇ ਪ੍ਰਕਾਇਆ ਹੋਈ ਸਰੀਰ ਹੋਈ ਹੈ ਇਹ ਭੇਦ ਬਾਦ ਦੇ ਚ ਖੁੱਲ੍ਹੇ ਨੇ ਸੂਖਸ਼ਮ ਸਰੀਰ ਨੂੰ ਆਪਣੇ ਸਰੀਰ ਦੇ ਚ ਪ੍ਰਵੇਸ਼ ਕਰਕੇ ਮੰਡਲਾ ਪਹੁੰਚੇ ਨੇ ਸ਼ੰਕਰਾਚਾਰੀਆ ਕਹਿੰਦੇ ਨੇ ਵਿਚਾਰ ਦੇ ਮੰਡਨ ਮੇਸ਼ਰਦੀ ਪਤਨੀ ਨੂੰ ਹਰਾ ਦਿੱਤਾ ਪਰ ਮੰਡਨ ਮੇਸ਼ਰਦੀ ਪਤਨੀ ਹਾਰ ਮੰਨ ਕੇ ਇੱਕ ਗੱਲ ਕਹਿੰਦੀ ਹੈ ਮੈਂ ਤੁਹਾਨੂੰ ਬਾਲ ਬ੍ਰਹਮਚਾਰੀ ਨਹੀਂ ਕਹਾਵਾਂਗੀ ਤੁਹਾਡਾ ਸੁਖਸ਼ਮ ਸਰੀਰ ਭ੍ਰਸ਼ਟ ਹੋਇਆ ਨਹੀਂ ਕਹਾਵਾਂਗੀ ਤੁਸੀਂ ਮੈਨੂੰ ਹਰਾ ਕੇ ਵੀ ਨਹੀਂ ਹਰਾ ਸਕਦੇ ਤੁਸੀਂ ਜਿੱਤ ਕੇ ਵੀ ਪੂਰਨ ਤੌਰ ਤੇ ਜੇ ਤੋ ਨਹੀਂ ਆ ਇਹ ਗਾਥਾਵਾਂ ਭਾਰਤ ਦੇ ਵਿੱਚ ਪ੍ਰਚਲਿਤ ਨੇ ਮੈਰਜ ਕਰਾਂ ਕਥਾ ਕੀਰਤਨ ਇਸ ਸਥੂਲ ਸਰੀਰ ਵਾਸਤੇ ਨਹੀਂ ਹੈ ਸੂਕਸ਼ਮ ਵਾਸਤੇ ਹੈ ਸੂਕਸ਼ਮ ਸਰੀਰ ਨੂੰ ਚਾਹੀਦਾ ਅਨ ਪਾਣੀ ਸਾਡੇ ਤ੍ਰੇ ਮਨ ਦੇਹੁਰੀ ਚੱਲੇ ਪਾਣੀ ਅਨ ਇਸ ਸਾਡੇ ਮਨ ਸਾਡੇ ਤ੍ਰੇ ਮਨ ਇਹ ਪ੍ਰਾਣਾ ਮਣਾ 28 ਇਰਾ ਦਾ ਮਨ ਬਾਬੇ ਫਰੀਦ ਦੇ ਸਮੇਂ ਮਲਤਾਨ ਦੇ ਜੋ ਮਣ ਹੁੰਦਾ ਸੀ ਇਹ ਤੇ ਅਨ ਪਾਣੀ ਦੇ ਆਸਰੇ ਤੇ ਚੱਲਦਾ ਹੈ ਰੋਜ਼ ਰੋਜ਼ ਮਨੁੱਖ ਨੇ ਭੋਜਨ ਸਵਛ ਕਰ ਲਿਆ ਸਾਫ ਸੁਥਰਾ ਕਰ ਲਿਆ ਪਾਣੀ ਫਿਲਟਰ ਸੁਦਾ ਪੀਣ ਲੱਗ ਪਿਆ ਜਿਤਨਾ ਅਜ ਮਨੁੱਖ ਨੇ ਪਾਣੀ ਸਾਫ ਕਰ ਲਿਆ ਪਹਿਲੇ ਇਤਨਾ ਸਾਫ ਪਾਣੀ ਨਹੀਂ ਪੀਂਦਾ ਸੀ ਜੋੜਾਂ ਦਾ ਪੀ ਲੈਂਦਾ ਸੀ ਵਗਦਿਆਂ ਹੋਈਆਂ ਨਦੀਆਂ ਨਾਲਿਆਂ ਦਾ ਪਾਣੀ ਪੀ ਲੈਂਦਾ ਸੀ ਝੀਲਾਂ ਦਾ ਪੀ ਲੈਂਦਾ ਸੀ ਕੌਣ ਫਿਲਟਰ ਕਰਦਾ ਸੀ ਅੱਜ ਉਸ ਦੇ ਚੋਂ ਸਾਰਾ ਪ੍ਰਦੂਸ਼ਣ ਹਟਾ ਕੇ ਸਵੱਛ ਨਿਰਮਲ ਜਲ ਔਰ ਸਵੱਛ ਭੋਜਨ ਇਸ ਅਸਥੂਲ ਸਰੀਰ ਵਾਸਤੇ ਜਿਤਨਾ ਸਵੱਛ ਭੋਜਨ ਹੋ ਗਿਆ ਹੈ ਸੂਖਸ਼ਮ ਸਰੀਰ ਵਾਸਤੇ ਉਤਨੇ ਹੀ ਗੰਦਾ ਭੋਜਨ ਹੈ ਗੰਦੀਆਂ ਫਿਲਮਾਂ ਗੰਦਾ ਸਾਹਿਤ ਗੰਦੇ ਦ੍ਰਿਸ਼ ਫਿਲਮ ਦੇ ਨਾਲ ਕੋਈ ਪੇਟ ਭਰਦਾ ਹੈ ਕੋਈ ਸਰੀਰ ਦੀ ਲੋੜ ਦੀ ਪੂਰਤੀ ਹੁੰਦੀ ਨਹੀਂ ਇਹ ਸੂਖਸ਼ਮ ਸਰੀਰ ਇਹ ਸਭ ਸੂਖਸ਼ਮ ਸਰੀਰ ਨੂੰ ਦਿੱਤਾ ਜਾ ਰਿਹਾ ਹੈ ਇਹ ਗੰਦੇ ਦ੍ਰਿਸ਼ ਅੱਖਾਂ ਦੇ ਰਾਹੀਂ ਸਭ ਸੂਖਸ਼ਮ ਸਰੀਰ ਦੇ ਜਾਂਦੇ ਨੇ ਇਹ ਗਲਤ ਕਹਾਣੀਆਂ ਸਭ ਅੱਖਾਂ ਦੇ ਰਾਹੀਂ ਸੂਖਸ਼ਮ ਸਰੀਰ ਦੇ ਜਾਂਦੀਆਂ ਜਿਤਨਾ ਤਨ ਦਾ ਭੋਜਨ ਸਵੱਛ ਹੋਇਆ ਉਤਨਾ ਹੀ ਸੂਖਸ਼ਮ ਸਰੀਰ ਦਾ ਭੋਜਨ ਗੰਦਾ ਹੋ ਗਿਆ ਜਿਤਨਾ ਤਨ ਲਈ ਪਾਣੀ ਨਿਰਮਲ ਹੋਇਆ ਉਤਨੇ ਮਨ ਦੀ ਖੁਰਾਕ ਗੰਦੀ ਹੋ ਗਈ ਹੈ ਗਲਾਜ਼ਤਨਲ ਬਰਗ ਸੂਖਮ ਸਰੀਰ ਦੇ ਪ੍ਰੇਮ ਆਉਂਦਾ ਸੀ ਪਰਿਵਾਰ ਹੁੰਦੇ ਸਨ ਰਿਸ਼ਤੇਦਾਰੀ ਆਉਂਦੀ ਸੀ ਸਾਰੀ ਦੁਨੀਆ ਹੀ ਟੁੱਟਦੀ ਜਾ ਰਹੀ ਹੈ ਨਾਨਕੇ ਦਾਦਕੇ ਸਹੁਰੇ ਸਾਰੀ ਦੁਨੀਆ ਹੀ ਟੁੱਟਦੇ ਜਾ ਰਹੇ ਨੇ ਇਹ ਵੀ ਮੈਰਜ਼ ਕਰਦੇ ਆ ਇੱਕ ਮੂਲ ਜਿਹੜਾ ਸੰਬੰਧ ਹੈ ਜੋ ਨਾਨਕੇ ਦਾਦਕੇ ਸਹੁਰਿਆਂ ਨੂੰ ਜਨਮ ਦਿੰਦਾ ਹੈ ਪਤੀ ਪਤਨੀ ਦਾ ਉਹ ਵੀ ਅੱਦੇ ਤੋਂ ਜ਼ਿਆਦਾ ਰਿਸ਼ਤੇ ਤਲਾਕ ਹੋ ਜਾ ਰਹੇ ਨੇ ਹਾਲਾਤ ਬੁਰੇ ਨੇ ਭਾਰਤ ਦੇ ਵਿੱਚ ਵੀ ਇਹ ਬਬਾ ਫੈਲ ਗਈ ਹੈ ਮੈਨੂੰ ਸਰਦਾਰ ਨਰਿੰਦਰ ਸਿੰਘ ਐਡਵੋਕੇਟ ਨੇ ਦੱਸਿਆ ਦਿੱਲੀ ਦੇ ਵਿੱਚ ਕਿਨੇ ਗੈਣੀ ਜੀ ਕੀ ਕਰੀਏ 1700 ਮੁਕਦਮੇ ਮੇਰੇ ਕੋਲ ਨੇ ਸਿਰਫ ਮੇਰੇ ਕੋਲ ਬਾਕੀ ਵਕੀਲਾਂ ਦੀ ਗੱਲ ਜਿਹਦੇ ਚ ਕਿਦਰੇ ਪਤੀ ਨੇ ਤਲਾਕ ਮੰਗਿਆ ਕਿਦਰੇ ਪਤਨੀ ਨੇ ਮੰਗੇ ਸਿਰਫ ਦਿੱਲੀ ਦੇ ਵਿੱਚ ਇੱਕ ਵਕੀਲ ਕੋਲ ਹਜ਼ਾਰਾਂ ਵਕੀਲ ਨੇ ਹਜ਼ਾਰਾਂ ਮੁਕਦਮੇ ਨੇ ਤੇ ਸਿਰਫ ਦਿੱਲੀ ਦੇ ਵਿੱਚ ਤੇ ਸਾਰੇ ਦੇਸ਼ ਵਿੱਚ ਕਿਤਨੇ ਆਉਣਗੇ ਡਾਕਟਰ ਮਨਜੀਤ ਸਿੰਘ ਨਵੇਂ ਉਥੇ ਬੈਕਰਸਫੀਲਡ ਦੇਜ ਦੱਸਿਆ ਗੈਨੇ ਜੀ ਇੱਥੇ ਤੇ 83 ਫੀਸਦੀ ਕੈਲੀਫੋਰਨੀਆ ਚ ਸ਼ਾਦੀਆਂ ਤਲਾਕ ਹੋ ਜਾਂਦੀਆਂ ਰਿਸ਼ਤੇ ਟੁੱਟ ਜਾਂਦੇ 83 ਫੀਸਦੀ 83% ਟੁੱਟ ਜਾਂਦੇ ਨਾਨਕੇ ਦਾਦਕਿਆਂ ਦੀ ਸੌਰ ਜੋ ਹੈ ਸੌਰਿਆਂ ਦੀ ਕੌਣ ਚਿੰਤਾ ਕਰੇ ਮੂਲ ਰਿਸ਼ਤਾ ਜੋ ਨਾਨਕੇ ਦਾਦਕਿਆਂ ਸੌਰਿਆਂ ਨੂੰ ਜਨਮ ਦਿੰਦਾ ਸੀ ਉਹਦੇ ਚ ਹੀ ਦਰਾੜਾਂ ਪੈ ਗਈਆਂ ਪਤੀ ਪਤਨੀ ਦਾ ਰਿਸ਼ਤਾ ਪਹਿਲੇ ਕਦੀ ਜਦ ਦੋ ਬੰਦੇ ਮਿਲਦੇ ਹੁੰਦੇ ਸਨ ਕਿਧਰੇ ਵੀ ਬੱਚਿਆਂ ਦੀ ਪੁੱਛਦੇ ਸਨ ਚਾਚਿਆਂ ਦੀ ਪੁੱਛਦੇ ਸਨ ਤਾਇਿਆਂ ਦੀ ਪੁੱਛਦੇ ਸਨ ਹੁਣ ਇਹ ਗੱਲ ਸਾਰੀ ਖਤਮ ਹੋ ਗਈ ਪਰਿਵਾਰ ਤੇ ਟੁੱਟਦੇ ਜਾ ਰਹੇ ਟੁੱਟ ਗਏ ਰਿਸ਼ਤੇਦਾਰੀਆਂ ਤੇ ਬੰਗ ਹੋ ਗਈਆਂ ਨਹੀਂ ਰਹਿਣਾ ਸੂਖਮ ਢਾਂਚਾ ਜਦ ਮਿਲਨ ਸਾਰੀ ਦਾ ਜਜ਼ਬਾ ਰੱਖਦਾ ਸੀ ਅੰਦਰ ਬਹੁਤ ਕੁਝ ਰੱਖਦਾ ਸੀ ਹੁਣ ਮੈਂ ਅਰਜ਼ ਕਰਾਂ ਜੋ ਮੈਂ ਖਾਦਾ ਹੈ ਜੋ ਮੈਂ ਪੀਤਾ ਹੈ ਉਹੀ ਮੇਰਾ ਤਾਨ ਹੈ ਮੈਂ ਜੋ ਬਣਿਆ ਤੁਸੀਂ ਜਿ ਬਣਿਆ ਗੁਸਤਾਖੀ ਮਾਂ ਬਾਪ ਨੇ ਜੋ ਖਾਦਾ ਮਾਂ ਬਾਪ ਨੇ ਜੋ ਪੀਤਾ ਉਸ ਤੋਂ ਬਣਿਆ ਮਾਂ ਕੀ ਰਕਤ ਪਿਤਾ ਬਿੰਦਾਰ ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਹਾਇਆ ਦ ਸਮਾ ਸਮਾਥਾ ਉਧਰ ਰੱਖਿਆ ਬਹੁਰ ਲਾ ਗਈ ਮਾਇਆ ਸਰੀਰ ਸਾਨੂੰ ਜਿਹੜਾ ਪਹਿਲੇ ਰੂਪ ਵਿੱਚ ਮਿਲਿਆ ਇਹ ਸਾਡਾ ਖਾਦਾ ਪਿਤਾ ਨਹੀਂ ਹੈ ਮਾਂ ਬਾਪ ਦਾ ਖਾਦਾ ਪਿਤਾ ਮਾਂ ਨੇ ਜੋ ਖਾਦਾ ਖੂਨ ਬਣਿਆ ਪਿਤਾ ਨੇ ਜੋ ਖਾਦਾ ਬਿੰਦ ਬਣਿਆ ਰਕਤ ਬਿੰਦ ਕਰਨ ਮਿਆ ਅਗਨ ਉਦਰ ਮਜਾ ਉਸ ਬਿੰਦ ਤੋਂ ਉਸ ਲਹੂ ਤੋਂ ਇੱਕ ਮਨੁੱਖੀ ਬੱਚੇ ਦਾ ਜਨਮ ਹੋਇਆ ਇੱਕ ਢਾਂਚੇ ਦਾ ਜਨਮ ਹੋਇਆ ਫਿਰ ਇਹ ਢਾਂਚਾ ਅਨ ਪਾਣੀ ਦੇ ਆਸਰੇ ਤੇ ਵੱਧਾ ਗਿਆ ਵੱਧਾ ਗਿਆ ਜੋ ਮੈਂ ਖਾਦਾ ਉਹੀ ਮਾਸ ਬਣਦਾ ਗਿਆ ਉਹੀ ਚਰਬੀ ਬਣਦਾ ਗਿਆ ਜੋ ਮੈਂ ਪੀਤਾ ਜੋ ਮੈਂ ਖਾਦਾ ਉਹਦੇ ਨਾਲ ਹੀ ਸਰੀਰ ਦਾ ਵਿਕਾਸ ਹੁੰਦਾ ਗਿਆ ਇਹ ਜਿ ਕਹਿ ਲਓ ਸਰੀਰ ਕੀ ਹੈ ਰੋਟੀਆਂ ਦਾ ਢੇਰ ਹੋਰ ਕੀ ਹੈ ਪਾਣੀ ਦਾ ਢੇਰ ਇਸ ਤੋਂ ਇਲਾਵਾ ਹੋਰ ਕੀ ਹੈ ਸਾਡੇ ਤਰੇ ਮਨ ਦੇਵਰੀ ਚੱਲੇ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਵਤ ਅਸੋਣੀ ਬਨ ਇਹ ਭੋਜਨ ਹੈ ਸੂਖਮ ਸਰੀਰ ਭੋਜਨ ਦੇ ਆਸਰੇ ਤੇ ਨਹੀਂ ਜੀਵੇਗਾ ਕਥਾਈ ਨਹੀਂ ਜੀਵੇਗਾ ਇਹ ਗੱਲ ਵੱਖਰੀ ਹੈ ਕਿ ਸੂਖਸ਼ਮ ਸਰੀਰ ਤਨ ਦੀ ਸੰਗਤ ਕਰ ਕਰਕੇ ਸਰੀਰ ਦੀਆਂ ਲੋੜਾਂ ਨੂੰ ਲੋਭ ਬਣਾ ਲੈਂਦਾ ਹੈ ਜੈਸੇ ਮਨੁੱਖ ਨੂੰ ਭੁੱਖ ਲੱਗੀ ਹੈ ਤੇ ਖਾ ਰਿਹਾ ਹੈ ਭੋਜਨ ਭੁੱਖ ਮਿਟ ਗਈ ਸੂਖਸ਼ਮ ਸਰੀਰ ਕਹਿੰਦਾ ਰਸਤੇ ਹੈ ਔਰ ਛੱਕ ਔਰ ਛੱਕ ਤੋ ਭੋਜਨ ਲੋਭ ਬਣ ਗਿਆ ਧਨ ਵੀ ਲੋਭ ਬਣ ਜਾਂਦਾ ਹੈ ਰੂਪ ਵੀ ਲੋਭ ਬਣ ਜਾਂਦਾ ਹੈ ਫਿਰ ਲੋਭ ਦੀਆਂ ਅਨੰਦ ਦੇਸ਼ਾਵਾਂ ਨੇ ਪ੍ਰਭਤਾ ਦਾ ਲੋਭ, ਧਨ ਸੰਪਦਾ ਦਾ ਲੋਭ, ਰੂਪ ਰੰਗ ਦਾ ਲੋਭ। ਫਿਰ ਲੋਭ ਸੰਗ੍ਰਹਿ ਕਰਨਾ ਚਾਹੁੰਦਾ ਹੈ। 7ਵੇਂ ਸਾਂਝ ਕੀਆ ਘਰਵਾਸ, 8ਵੇਂ ਕ੍ਰੋਧ ਹੋਆ ਤਨਲਾਸ, ਸੰਗ੍ਰਹਿ ਕਰਨਾ ਚਾਹੁੰਦਾ ਹੈ। ਲੋਭ ਕਹਿੰਦਾ ਨਹੀਂ ਸਿਰ ਮੈਂ ਵਰਤਣਾ ਥੋੜੀ ਹੈ, ਸੰਗ੍ਰਹਿ ਕਰਨਾ ਹੈ ਪਹਾੜ ਲਾਣੇ ਨੇ। ਤੋਂ ਹੰਕਾਰ ਕਹਿੰਦਾ ਪ੍ਰਭਤਾ ऐसी ਚਾਹੀਦੀ ਐ ਮੈਂ ਸਾਰੀ ਦੁਨੀਆ ਦਾ ਰਾਜ ਆਵਾ ਜੈਸੇ ਸਿਕੰਦਰ ਕਹਿੰਦਾ ਸੀ ਸਾਰੀ ਦੁਨੀਆ ਦਾ ਰਾਜ ਇਹ ਕੀ ਪਿੰਡ ਦੇ ਚੌਧਰੀ ਹੈ ਜਾਂ ਕਿਸੇ ਮੱਲਿਆ ਗੱਲੇ ਦੀ ਚੌਧਰੀ ਹੈ ਘਰ ਦੇ ਚੌਧਰੀ ਹੈ ਜਾਂ ਕਿਸੇ ਦੇਸ਼ ਦੇ ਚੌਧਰੀ ਨਹੀਂ ਸਾਰੀ ਦੁਨੀਆ ਦੇ ਚੌਧਰੀ ਸਿਕੰਦਰ ਦੀ ਸੋਚਣੀ ਐਸੀ ਪੋਰਸ ਦੀ ਸੋਚਣੀ ਐਸੀ ਹੋਰ بڑے بڑے ਰਾਜੇ ਮਹਾਰਾਜਿਆਂ ਦੀ ਸੋਚਣੀ ਐਸੀ ਸਾਰੀ ਦੁਨੀਆ ਦੇ ਲੀਡਰ ਸਾਰੀ ਦੁਨੀਆ ਦੇ ਚੌਧਰੀ ਹੈ ਸੀਮਾ ਕਿਦਰੀ ਬਣਦੀ ਨਹੀਂ ਹੰਕਾਰ ਦੀ। ਧਨ ਦੀ ਸੀਮਾ ਨਹੀਂ ਬਣਦੀ। ਰੂਪ ਦੀ ਸੀਮਾ ਵੀ ਨਹੀਂ ਬਣਦੀ। ਮੇਰੇ ਪੜਨ ਦੇ ਚਾਇਆ ਇਸ ਵਕਤ ਮਰਾਕੋ ਦੇ ਬਾਦਸ਼ਾਹ ਦੀ 1000 ਬੇਗਮਾਨ ਹੈ। ਇਸ ਤੋਂ ਪਹਿਲੇ ਜਿਹੜਾ ਨਿਜ਼ਾਮ ਹైదరాబాద్ ਸੀ ਉਸ ਦੀਆਂ 6 600 ਬੇਗਮਾ ਸਨ। ਇੱਕ ਪੰਜਾਬ ਦੇ ਮਹਾਰਾਜੇ ਦੀਆਂ 400 ਰਾਣੀਆਂ ਸਨ। ਫਿਰ ਸੰਗ੍ਰਹਿ ਕਰਨਾ ਲੋ ਲੋ ਕਿਦਰੀ ਧਨ ਦਾ ਲੋ ਕਿਦੇ ਪ੍ਰਭਤਾ ਦਾ ਲੋਭ ਕਿਦਰੇ ਰੂਪ ਰੰਗ ਦਾ ਲੋਭ ਲੋਭ ਦੇ ਫਿਰ ਕਈ ਰੂਪ ਬਣਦੇ ਨੇ ਹੰਕਾਰ ਲੋਭ ਔਰ ਵਾਸ਼ਨ ਇਸ ਦੇ ਨਾਲ ਸੂਖਸ਼ਮ ਦਾਚਾ ਮਨੁੱਖ ਦਾ ਅਪਵਿੱਤਰ ਹੋ ਜਾਂਦਾ ਹੈ ਬਰਸ਼ਟ ਹੋ ਜਾਂਦਾ ਹੈ ਇੱਕ ਦਿਨ ਇਹ ਤਨ ਤੇ ਨਾਸ ਹੋ ਜਾਂਦਾ ਕਿਉਂਕਿ ਬੁੱਢਾ ਹੁੰਦਾ ਉਹ ਬੁੱਢਾ ਹੁੰਦਾ ਨੇ ਇਸ ਚੱਕਰੇ ਚ ਨਾ ਪੈਣਾ ਤਨ ਦੀ ਮੌਤ ਮਨ ਦੀ ਮੌਤ ਨਹੀਂ ਹੈ ਤਨ ਬੁੱਢਾ ਹੋ ਗਿਆ ਮਨ ਬੁੱਢਾ ਨਹੀਂ ਆਉਂਦਾ ਇਸ ਚੱਕਰ 'ਚ ਨਾ ਪੈਣਾ ਅਗਰ ਤਨ ਦੀ ਮੌਤ ਹੀ ਮਨ ਦੀ ਮੌਤ ਹੈ ਸਤ ਸੰਗ ਕਰਨ ਦੀ ਲੋੜ ਹੀ ਨਹੀਂ ਜਬ ਤੱਕ ਕਰਨ ਦੀ ਲੋੜ ਹੀ ਨਹੀਂ ਤਨ ਨੂੰ ਪ੍ਰਕਿਰਤੀ ਦਾ ਨਿਯਮ ਇੱਕ ਦਿਨ ਖਤਮ ਕਰ ਦੇਗਾ ਬੁੱਢਾ ਕਰ ਦੇਗਾ ਕਮਜ਼ੋਰ ਕਰ ਦੇਗਾ ਖਤਮ ਕਰ ਦੇਗਾ ਤੇ ਤਨ ਮੂਲ ਰੂਪ ਦੇ ਇਤਿ ਆਖਿਰ ਭੋਜਨ ਤੋਂ ਬਣਿਆ ਹੈ ਤੇ ਭੋਜਨ ਮੂਲ ਰੂਪ ਦੇ ਜ ਬਣਿਆ ਮਿੱਟੀ ਤੋਂ ਸਾਡੀਆਂ ਸਾਰੀਆਂ ਲੋੜਾਂ ਇਹ ਮਿੱਟੀ ਪੂਰੀ ਕਰਦੀ ਹੈ ਇਸ ਮਿੱਟੀ ਦੇ ਵਿੱਚ ਪ੍ਰਮਾਤਮਾ ਨੇ ਜੋ ਕੁਝ ਪਾ ਦਿੱਤਾ ਹੈ ਕੋਈ ਦਫਾ ਪਾਇਆ ਜੋ ਕੁਝ ਪਾਇਆ ਸੋ ਏਕਾਵਾਰ ਅਨੰਤ ਕਾਲ ਤੋਂ ਮਨੁੱਖ ਇਹਦੇ ਚੋਂ ਸੋਨਾ ਕੱਢ ਲਿਆ ਲੋਹਾ ਕੱਢ ਰਿਹਾ ਹੈ ਪੱਥਰ ਕੱਢ ਰਿਹਾ ਹੈ ਤਾਂਬਾ ਕੱਢ ਰਿਹਾ ਹੈ ਜਸਤ ਤਰ੍ਹਾਂ ਤਰ੍ਹਾਂ ਦੀ ਮੈਦਨਿਆਦ ਕੱਢ ਰਿਹਾ ਹੈ ਅੰਨ ਕੱਢ ਰਿਹਾ ਹੈ ਧਨ ਕੱਢ ਰਿਹਾ ਹੈ ਧਰਤੀ ਇਹ ਨਹੀਂ ਅਗਰੇ ਹੁਣ ਬਸ ਕਰ ਛੱਡ ਆਉਣਾ ਜੋ ਕੁਝ ਪਾਇਆ ਸੋ ਏਕਾਵਾਰ ਉਸ Bhandari ਨੇ ਐਸਾ Bhandara ਪਾਇਆ ਮੁਕਣ ਦੇਚ ਨਹੀਂ ਆ ਰਿਹਾ ਮਨੁੱਖੀ ਮੁੱਕ ਜਾਂਦੇ ਨੇ Bhandara ਨਹੀਂ ਮੁਕਦਾ ਦਰਤੀਓ ਸੇ ਤਰ੍ਹਾਂ ਭਰੀ ਪਈ ਐ ਕੋਈ ਇੰਡੀਆ ਦੇਚ Tata ਕੰਪਨੀ 110 ਸਾਲ ਤੋਂ ਲੋਹਾ ਕੱਢ ਰਹੀ ਐ ਇੱਕ ਪਹਾੜ ਦੇ ਚੋਂ ਤੇ ਪਤਾ ਐ ਪਿਛਲੇ ਦਿਨੀ ਜੋ ਰਿਪੋਰਟ ਆਈ ਉਹ ਕਹਿੰਦੇ ਨੇ ਅਸੀਂ ਸੌਵਾਂ ਹਿੱਸਾ ਵੀ ਨਹੀਂ ਕੱਢ ਸਕਏ ਐਨਾ ਹੈ ਐਨਾ ਪਿਆ 110 ਸਾਲ ਦੇ ਵਿੱਚ ਜਦ ਕਿ ਇਤਨਾ ਲੋਹਾ ਉਥੇ ਬਣਦਾ ਹੈ ਸਾਰੀ ਦੁਨੀਆ 'ਚ ਭੇਜਦੇ ਨੇ ਕਹਿੰਦੇ ਨੇ ਸੌਵਾਂ ਹਿੱਸਾ ਵੀ ਨਹੀਂ ਕੱਢ ਸਕਏ ਐਤਨਾ ਪਿਆ ਐਤਨਾ ਸਾਰੀ ਦੁਨੀਆ 'ਚ ਕਿਤਨਾ ਪਿਆ ਹੈ ਕਿਤਨਾ ਤਾਂਬਾ ਪਿਆ ਹੈ ਕਿਤਨਾ ਮਾਰਬਲ ਪਿਆ ਹੈ ਕਿਤਨਾ ਲੋਹਾ ਪਿਆ ਹੈ ਕਿਤਨਾ ਜਸਤ ਪਿਆ ਹੈ ਹੋਰ ਤਰ੍ਹਾਂ ਤਰ੍ਹਾਂ ਦੀਆਂ ਧਾਤੂਆਂ ਪਈਆਂ ਨੇ ਕਿਤਨਾ ਸੋਨਾ ਪਿਆ ਮੁੱਕਿਆ ਨਹੀਂ ਹੈ ਇਹ ਵੀ ਮਰਜ਼ ਕਰਾਂ ਕਿਤਨੇ ਹੀਰੇ ਪੈਣੇ ਕਿਤਨੇ ਮੋਤੀ ਪੈਣੇ ਸਾਗਰ ਦੇ ਚ ਜੋ ਕੁਝ ਪਾਇਆ ਸੋ ਏਕ ਆਵਾਰ ਮੁੱਕੇ ਨਹੀਂ ਲੈ ਮਨੁੱਖ ਮੁੱਕ ਜਾਂਦੇ ਨੇ ਖੋਦਣ ਵਾਲੇ ਮੁੱਕ ਜਾਂਦੇ ਨੇ ਪ੍ਰਾਪਤ ਕਰਨ ਵਾਲੇ ਮੁੱਕ ਜਾਂਦੇ ਨੇ ਭੰਡਾਰਾ ਨਹੀਂ ਮੁਕਦਾ ਉਹ ਨਹੀਂ ਮੁਕਦਾ ਤੋਂ ਮਰਜ਼ ਕਰਾਂ ਤਨ ਦੀ ਮੌਤ ਮਨ ਦੀ ਮੌਤ ਨਹੀਂ ਹੈ ਮਨ ਨਵੀਂ ਯਾਤਰਾ ਤੇ ਚੱਲ ਪੈਂਦਾ ਹੈ ਤਨ ਹਾਕ ਦੇ ਚ ਲੀਨ ਹੋਵੇ ਇਹ ਪ੍ਰਕਿਰਤੀ ਦਾ ਨਹੀਂ ਹੈ ਮੈਂ ਬਣਿਆ ਜੋ ਹਾਕ ਚ ਹੋਇਆ ਮਿੱਟੀ ਤੋਂ ਭੋਜਨ ਬਣਦਾ ਹੈ ਭੋਜਨ ਤੋਂ ਰਕਤ ਬਿੰਦ ਬਣਦਾ ਹੈ ਰਕਤ ਬਿੰਦ ਤੋਂ ਮਨੁੱਖੀ ਢਾਂਚਾ ਬਣਦਾ ਹੈ ਫਿਰ ਕੁਦਰਤ ਜਿੱਥੋਂ ਤਨ ਦੀ ਉਤਪਤੀ ਹੈ ਉਸੇ ਚ ਹੀ ਲੀਨ ਕਰ ਦਿੰਦੀ ਹੈ ਪ੍ਰਕਿਰਤੀ ਕਰਦੀ ਹੈ ਇਹ ਪਰਮਾਤਮਾ ਹੀ ਕਰਦਾ ਹੈ ਸਭ ਨੂੰ ਮਰੇ ਹੋਏ ਪਸ਼ੂ ਵੀ ਮਿੱਟੀ ਹੋ ਜਾਂਦੇ ਨੇ ਹਾਕ ਹੋ ਜਾਂਦੇ ਨੇ ਜੰਗਲਾਂ ਦੇ ਮਨੋਖ ਨੂੰ ਜਲਾਓ ਨਾ ਦਫਨ ਨਾ ਕਰੋ ਆਖਿਰ ਪਿਆ ਪਿਆ ਮਿੱਟੀ ਹੋ ਜਾਏਗਾ ਔਰ ਕੀ ਹਾਕ ਹੋ ਜਾਏਗਾ ਮਿੱਟੀ ਤੋਂ ਬਣਿਆ ਸਰੀਰ ਪ੍ਰਕਿਰਤੀ ਆਖਰੀ ਸਾਨੂੰ ਮਿੱਟੀ ਕਰ ਦਿੰਦੀ ਹੈ ਪਰ ਜੋਤ ਸਰੂਪ ਹੈ ਮਨ ਤੋਂ ਜੋਤ ਸਰੂਪ ਹੈ ਉਹ ਮਿੱਟੀ ਦਾ ਪਤਲਾ ਨਹੀਂ ਹੈ ਉਹ ਮਿੱਟੀ ਤੋਂ ਬਣਿਆ ਵੀ ਨਹੀਂ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੌਲ ਪਛਾਣ ਇਹ ਜੋਤ ਜਿਤਨੇ ਚਿਰ ਤੱਕ ਪਰਮ ਜੋਤ ਦੇ ਚ ਲੀਨ ਨਹੀਂ ਆਉਂਦੀ ਮੁੜ ਮੁੜ ਕੇ ਤਨ ਮਿਲਦਾ ਰਹੇਗਾ ਮਰਦਾ ਰਹੇਗਾ ਜਮਦਾ ਰਹੇਗਾ ਇਹ ਚੋਲਾ ਉਸ ਨੂੰ ਮਿਲਦਾ ਰਹੇਗਾ ਇਹ ਜਮਦਾ ਰਹੇਗਾ ਮਰਦਾ ਰਹੇਗਾ ਇਸੇ ਨੂੰ ਭਾਈ ਗੁਰਦਾਸ ਕਹਿੰਦੇ ਨੇ ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਦਾ ਆਵੇ ਜਾ ਕਈ ਜੁਗਾ ਤੋ ਇਹ ਜਿਹੜਾ ਮੇਰਾ ਤਨ ਹੈ ਕਈ ਜੋਗਾਂ ਤੋਂ ਚੱਲ ਰਿਹਾ ਹੈ ਬਾਰ-ਬਾਰ ਇਹ ਮਿਟ ਜਾਂਦਾ ਹੈ ਹੋਰ ਤਾਂ ਨਹੀਂ ਮਿਟ ਜਾਂਦਾ ਹੈ ਹੋਰ ਤਾਂ ਵਾਸ਼ਨਾ ਸੂਕਸ਼ਮ ਸੈਰ ਨੂੰ ਫਿਰ ਤਨ ਦੇ ਚ ਪਾ ਦਿੰਦੀ ਹੈ ਹੁਣ ਮੈਂ ਫਿਰ ਦੁਹਰਾਵਾਂ ਆਪ ਸਾਰੇ ਸਿਆਣੇ ਬੈਠੇ ਹੋ ਤਨ ਦੀ ਮੌਤ ਵਾਸ਼ਨਾ ਦੀ ਮੌਤ ਨਹੀਂ ਹੈ ਤਨ ਬਿਰਧ ਹੋ ਗਿਆ ਵਾਸ਼ਨਾ ਬੁੱਢੀ ਨਹੀਂ ਹੁੰਦੀ ਕਤਾਈ ਨਹੀਂ ਹੁੰਦੀ ਤਨ ਰੋਗੀ ਵੀ ਹੋ ਸਕਦਾ ਵਾਸ਼ਨਾ ਰੋਗੀ ਨਹੀਂ ਹੁੰਦੀ ਵਾਸ਼ਨਾ ਹੈ ਹੀ ਰੋਗ ਉਸ ਨੂੰ ਹੋਰ ਕੀ ਰੋਗੀ ਬਣਾਣਾ ਉਹ ਸੂਖਮ ਸਰੀਰ ਦੇ ਚ ਰਹਿੰਦੀ ਹੈ ਵਿਚਾਰਾਂ ਦੇ ਚ ਰਹਿੰਦੀ ਹੈ ਸੋਚਣੀ ਦੇ ਚ ਰਹਿੰਦੀ ਹੈ ਯਾਦਾਂ ਦੇ ਚ ਰਹਿੰਦੀ ਹੈ ਸੂਖਮ ਸਰੀਰ ਇੱਕ ਹਵਾ ਦੀ ਤਰ੍ਹਾਂ ਹੈ ਨਿਰਾਕਾਰ ਹੈ ਪਰ ਪੂਰੇ ਸਰੀਰ ਦੇ ਅੰਦਰ ਹੈ ਅਸਤੂਰ ਤੇ ਸੂਖਮ ਦਾ ਸੰਬੰਧ ਜੋੜ ਕੇ ਰੱਖਿਆ ਹੋਇਆ ਹੈ ਪਵਨ ਨੇ ਇਸ ਵਾਸਤੇ ਪਵਨ ਨੂੰ ਥੰਬਾ ਕਿਹਾ ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੋਂਦ ਕਾ ਲਗਾ ਇਹਨੂੰ ਗੁਰੂ ਵੀ ਕਹਿਆ ਗੁਰੂ ਵੀ ਚੋਲਾ ਹੁੰਦਾ ਹੈ ਦੁਆਹਨੋ ਜੋੜਨ ਦੇ ਚ ਸਿੱਖਤੇ ਸਿੱਖ ਨੂੰ ਪਰਮਾਤਮਾ ਨਾਲ ਜੋੜਨਾ ਹੈ ਗੁਰੂ ਵਿੱਚ ਹੋਲਾ ਤਨ ਨੂੰ ਮਨ ਨਾਲ ਜੋੜ ਕੇ ਰੱਖਣਾ ਹੈ ਮਨ ਨੂੰ ਤਨ ਨਾਲ ਜੋੜ ਕੇ ਰੱਖਣਾ ਹੈ ਪਵਨ ਵਿੱਚ ਹੋਲਾ ਪਨ ਵਿੱਚ ਹੋਲਾ ਕਰਤ ਇਕਾਲਾ ਮਹਾਰਾਜ ਜੀ ਲਿਖਦੇ ਨੇ ਤੇ ਪਵਨ ਵਿੱਚ ਹੋਲਾ ਪਵਨ ਗੁਰੂ ਹੈ ਦੋਹਾਂ ਨੂੰ ਜੋੜ ਕੇ ਰੱਖਿਆ ਹੈ ਜਿਸ ਦਿਨ ਪਵਨ ਦਾ ਇਹ ਤਾਗਾ ਟੁੱਟਦਾ ਹੈ ਜਿਸ ਦਿਨ ਪਵਨ ਦੀ ਇਹ ਡੋਰੀ ਟੁੱਟਦੀ ਹੈ ਦੋਹਾਂ ਦੇ ਸੰਬੰਧ ਟੁੱਟ ਜਾਂਦੇ ਤਨ ਤੇ ਸਹਜੇ ਸਹਜੇ ਖ਼ਾਕ ਹੋ ਜਾਂਦਾ ਹੈ ਰਾਖ ਹੋ ਜਾਂਦਾ ਹੈ ਸੂਖਸ਼ਮ ਸਰੀਰ ਆਪਣੀ ਯਾਤਰਾ ਤੇ ਚੱਲ ਪੈਂਦਾ ਹੈ ਕਿਸ ਤਰ੍ਹਾਂ ਦੀ ਯਾਤਰਾ ਤੇ ਚਲਾ ਜਾਂਦਾ ਹੈ ਕਿੱਥੇ ਚਲਾ ਜਾਂਦਾ ਹੈ ਸਾਈ ਵਸਤ ਪ੍ਰਾਪਤ ਹੋਈ ਜਿਸ ਸਿਉ ਲਾਇ ਹੈ ਕਹਉ ਨਾਨਕ ਪ੍ਰਾਣੀ ਚੌਥੇ ਪੈਰੇ ਲਾਵੇ ਲੁਣਿਆ ਜਿਹੜੀ ਪਰਬਲ ਵਾਸ਼ਨਾ ਸੀ ਜਿਸ ਤਰ੍ਹਾਂ ਦੀ ਵਾਸ਼ਨਾ ਮਨੁੱਖ ਨੇ ਅਨੰਤ ਨੇ ਜਿਹੜੀ ਪਰਬਲ ਵਾਸ਼ਨਾ ਸੀ ਉਸ ਵਾਸ਼ਨਾ ਨੇ ਉਸੇ ਡੰਗ ਦਾ ਉਸ ਨੂੰ ਸਰੀਰ ਪ੍ਰਾਪਤ ਕਰਾ ਦਿੱਤਾ ਉਸ ਡੰਗ ਦਾ ਮਾਹੌਲ ਕੁਟਮ ਮਾ ਬਾਪ ਉਸੰਦਰ ਮਹਿਫਿਲ ਇਹ ਖੁਲਾਸਾ ਮੈਂ ਤੁਹਾਡੇ ਸਾਹਮਣੇ ਕਲ ਰੱਖਣ ਦੀ ਨਿਵਾਣੀ ਕੋਸ਼ਿਸ਼ ਕਰਾਂਗਾ ਕਹਿੰਦੇ ਨੇ ਤਨ ਰੋਜ਼ ਰੋਜ਼ ਬੁੱਢਾ ਹੋਵੇ ਮਨ ਰੋਜ਼ ਰੋਜ਼ ਪਰਮਾਤਮਾ ਦੇ ਚ ਲੀਨ ਹੋਣ ਦੀ ਕੋਸ਼ਿਸ਼ ਕਰੇ ਕਿਉਂਕਿ ਮਨ ਮਿੱਟੀ ਚ ਲੀਨ ਨਹੀਂ ਹੋ ਸਕਦਾ ਸੂਖਸ਼ਮ ਸਰੀਰ ਮਿੱਟੀ ਚ ਮਿੱਟੀ ਨਹੀਂ ਹੋਏਗਾ ਸੂਖਸ਼ਮ ਸਰੀਰ ਨੂੰ ਜਲਾ ਵੀ ਨਹੀਂ ਸਕਦੇ ਸੂਖਸ਼ਮ ਸਰੀਰ ਨੂੰ ਦਫਨ ਵੀ ਨਹੀਂ ਕਰ ਸਕਦੇ ਉਹ ਤੇ ਯਾਤਰਾ ਤੇ ਚੱਲ ਪਏਗਾ ਔਰ ਹੋਰ ਵੀ ਮੈਂ ਅਜ਼ ਕਰਾਂ ਜੇ 6 ਕਰੋੜ ਦੇ ਕਰੀਬ ਅਸਥੂਲ ਸਰੀਰ ਇਸ ਵਕਤ ਜ਼ਮੀਨ ਤੇ ਮੌਜੂਦ ਨੇ ਤੇ ਇਤਨੇ ਸਮਝ ਲੈਣਾ ਇਸ ਜ਼ਮੀਨ ਦੇ ਉਤੇ ਇਤਨੇ ਸੂਖਸ਼ਮ ਢਾਂਚੇ ਵੀ ਪਟਕ ਰਹੇ ਹੋਣੇ ਇਹਨਾਂ 6 ਕਰੋੜ ਮਨੁੱਖਾਂ ਦੇ ਵਿੱਚ ਕੁਝ ਚੰਗੇ ਨੇ ਕੁਝ ਮਾੜੇ ਨੇ ਕੁਝ ਬਹੁਤ ਮਾੜੇ ਨੇ ਉਹ ਜਿਹੜੇ ਸੂਖਸ਼ਮ ਸਰੀਰ ਨੇ ਉਹ ਜਿਹੜੇ ਬਹੁਤ ਚੰਗੇ ਨੇ ਉਹਨਾਂ ਨੂੰ ਦੇਵਤਾ ਕਹਿੰਦੇ ਨੇ ਜਿਹੜੇ ਥੋੜੇ ਜਿਹਾ ਮਾੜੇ ਨੇ ਭੂਤ ਕਹਿੰਦੇ ਨੇ ਪ੍ਰੇਤ ਕਹਿੰਦੇ ਨੇ ਬਹੁਤ ਮਾੜੇ ਨੇ ਪਿਛਾਚ ਕਹਿੰਦੇ ਨੇ ਕਹੋ ਭਏ ਕਿਨਰ ਪਿਛਾਚ ਕਹੋ ਪ੍ਰੇਤ ਗੁਰੂ ਗੋਬਿੰਦ ਸਿੰਘ ਜੀ ਆ ਵੀ ਅਰਬਾਂ ਖਰਬਾਂ ਦੀ ਤਦਾਦ ਵਿੱਚ ਮੌਜੂਦ ਨੇ ਸਾਰੇ ਬ੍ਰਹਿਮੰਡ ਦੇ 6 ਅਰਬ ਅਜਸਾਰੀ ਦੁਨੀਆ ਦੀ ਮਨੁੱਖਾਂ ਦੀ ਆਬਾਦੀ ਹੈ ਪਸ਼ੂ ਪੰਛੀਆਂ ਦੀ ਗਿਣੀ ਤੇ ਬਹੁਤ ਲੰਬੀ ਚੌੜੀ ਇਤਨੇ ਹੀ ਸੂਖਸ਼ਮ ਸਰੀਰ ਮੌਜੂਦ ਨੇ ਮਾਤਾ ਦੇ ਗਰਭ ਦੇ ਚ ਸੂਖਸ਼ਮ ਢਾਂਚਾ ਪ੍ਰਵੇਸ਼ ਕਰਦਾ ਹੈ ਜਦ ਸੰਜੋਗ ਦੇ ਸਾਧਨ ਇਕੱਠੇ ਹੋ ਜਾਣ ਰਕਤ ਬਿੰਦ ਇਕੱਠਾ ਹੋ ਜਾਏ ਇਹ ਸੂਖਸ਼ਮ ਸਰੀਰ ਪ੍ਰਵੇਸ਼ ਕਰ ਜਾਂਦਾ ਹੈ ਇਸੇ ਦਾ ਇਹ ਨਾਂ ਜੀਵ ਆਤਮਾ ਰੱਖਿਆ ਗਿਆ ਇਹਦੇ ਕੋਲ ਕੀ ਹੁੰਦਾ ਹੈ ਇਹਦੇ ਕੋਲ ਜਨਮਾਂ ਜਨਮਾਂਤਰਾਂ ਦੇ ਸੰਸਕਾਰ ਹੁੰਦੇ ਨੇ ਨਾਲ ਲਈ ਫਿਰਦਾ ਹੈ ਇਹ ਸਰੀਰ ਲਈ ਫਿਰਦਾ ਹੈ ਕੀ ਜੋ ਅੱਜ ਤੱਕ ਖਾਦਾ ਹੈ ਜੋ ਅੱਜ ਤੱਕ ਪੀਤਾ ਹੈ ਉਹ ਲਈ ਫਿਰਦਾ ਔਰ ਕੀ ਹੈ ਮਾਸ ਕੀ ਹੈ ਖਾਦੀ ਹੈ ਵੀ ਰੋਟੀ ਚਰਬੀ ਕੀ ਹੈ ਖਾਦੀ ਹੈ ਵੀ ਰੋਟੀ ਇਹ ਹੱਡੀਆਂ ਦਾ ਡਾਂਚਾ ਕੀ ਹੈ ਇਹ ਸਾਰੇ ਦਾ ਸਾਰਾ ਸਰੀਰ ਕੀ ਹੈ ਅੱਜ ਤੱਕ ਖਾਦਾ ਹੋਇਆ ਭੋਜਨ ਮਨ ਜਿਨਾ ਜਿਨਾ ਕਰਮਾਂ ਦੇ ਚ ਲੀਨ ਰਿਹਾ ਹੈ ਉਹਦੇ ਜੋ ਸੰਸਕਾਰ ਬਣੇ ਨੇ ਉਹੀ ਸੂਖਮ ਸਰੀਰ ਲਈ ਫਿਰਦਾ ਉਹੀ ਲਈ ਫਿਰਦਾ ਉਹੀ ਲਈ ਫਿਰਦਾ ਹੈ ਔਰ ਕਿਸ ਤਰ੍ਹਾਂ ਲਈ ਫਿਰਦਾ ਹੈ ਸੰਸਕਾਰ ਕਿਸ ਤਰ੍ਹਾਂ ਭਟਕਾਉਂਦੇ ਨੇ ਔਰ ਕਿਸ-ਕਿਸ ਪਾਸੇ ਲੈ ਜਾਂਦੇ ਨੇ ਗੁਰਬਾਣੀ ਅਨਸਾਰ ਇਹ ਬਾਕੀ ਵਿਚਾਰਾਂ ਮੈਂ ਕੱਲ ਤੁਹਾਡੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ ਤੁਹਾਨੂੰ ਲੇਟ ਨਾ ਕਰੀ ਕਿਉਂਕਿ 7:30 ਵਜੇ ਤੱਕ ਦਾਸ ਨੇ ਹਾਜ਼ਰੀ ਵਰਨੀ ਹੁੰਦੀ ਹੈ ਸਾਰਿਆਂ ਦਾ ਧੰਨਵਾਦ ਬੋਲ ਚੁਗ ਦੀ ਸ਼ਾਮਾ मैं एक दफा फिर अर्ज करा एक कथा ते कीर्तन सूक्ष्म शरीर ली है पर सूक्ष्म शरीर प्रवेश करे साधना की है मन एकागर हो प्रभ की उस करो संत मीत सावधान एकाग्र चेत एकाग्रता होगी की कीर्तन अंदर प्रवेश करेगा नहीं करेगा एकाग्रता होगी गुरबाणी अंदर प्रवेश करेगी वरना नहीं करेगी ਵਾਹਿਗੁਰੂ ਵਾਹਿਗੁਰੂ ਜਪ ਰਏ ਉਹ ਸਾਵਧਾਨੀ ਹੋਵੇਗੀ ਇਕਾਗਰਤਾ ਹੋਵੇਗੀ ਅੰਦਰ ਪ੍ਰਵੇਸ਼ ਕਰੇਗਾ ਵਰਨਾ ਨਹੀਂ ਕਰੇਗਾ ਪਰ ਇਕਾਗਰਤਾ ਹੁੰਦੀ ਨਹੀਂ ਤਾਂ ਗੁਰਬਾਣੀ ਬਾਹਰ ਹੀ ਰਹਿ ਜਾਂਦੀ ਹੈ ਵਾਹਿਗੁਰੂ ਮੰਤਰ ਬਾਹਰ ਹੀ ਰਹਿ ਜਾਂਦਾ ਹੈ ਬਾਕੀ ਸਾਰਾ ਜਿਹੜਾ ਅਨਰਥ ਹੈ ਉਹਦੇ ਚ ਮਨ ਹੁੰਦਾ ਹੈ ਉਹ ਸਾਰਾ ਮਨ ਦੇ ਚ ਚਲਾ ਜਾਂਦਾ ਹੈ ਇੰਜ ਕਹਿ ਲੋ ਤਾਨ ਦਾ ਪਾਣੀ ਰੋਜ਼ ਰੋਜ਼ ਨਿਰਮਲ ਹੁੰਦਾ ਜਾ ਰਿਹਾ ਹੈ ਮਨ ਦੀ ਗਿਜ਼ਾ ਮਨ ਦਾ ਭੋਜਨ ਰੋਜ਼ ਰੋਜ਼ ਮਹਿਲਾ ਹੁੰਦਾ ਹੈ ਕੰਦਾ ਭੋਜਨ ਰੋਜ਼ ਰੋਜ਼ ਸਵੱਛ ਹੁੰਦਾ ਜਾ ਰਿਹਾ ਹੈ। ਮੰਦਾ ਭੋਜਨ ਰੋਜ਼ ਰੋਜ਼ ਗੰਦਾ ਹੋ ਜਾ ਰਿਹਾ ਹੈ। ਗੰਦਾ ਭੋਜਨ ਕੀ ਅੰਜਾਮ ਵਰਪਾ ਕਰੇ। ਬੁਰੇ ਕਰਮ ਦੇ ਵਿੱਚ ਇਕਾਗਰਤਾ ਹੈ। ਬੁਰੇ ਕਰਮ ਦੇ ਵਿੱਚ ਮਨੁੱਖ ਸਾਵਧਾਨੀ ਵਰਤਦਾ ਹੈ। ਬੁਰੇ ਕਰਮ ਦੇ ਵਿੱਚ ਮਨੁੱਖ ਪੂਰਾ ਸੁਚੇਤ ਹੈ। ਡਰ ਹੈ ਸਮਾਜ ਦਾ ਕਾਨੂੰਨ ਦਾ। ਤੋਂ ਰੋਜ਼ ਰੋਜ਼ ਸਾਰੀ ਦੁਨੀਆ ਦਾ ਸਮਾਜ ਬੁਰਾ ਹੁੰਦਾ ਜਾ ਰਿਹਾ ਹੈ। ਬੁਰਾ ਹੁੰਦਾ ਜਾ ਰਿਹਾ ਹੈ ਰੋਜ਼ ਰੋਜ਼ ਦੁਨੀਆ ਦੇ ਵਿੱਚ ਭਲਾਈ ਘਟਦੇ ਜਾ ਰਹੀ ਕਿਉਂਕਿ ਭਲਾ ਕਰਮ ਮਨ ਨਾਲ ਹੁੰਦਾ ਹੀ ਨਹੀਂ ਕਰਦਾ ਹੀ ਨਹੀਂ ਲੋਕੇ ਪੂਰਾ ਮਨ ਉਹਦੇ 'ਚ ਆਉਂਦਾ ਹੀ ਨਹੀਂ ਇੱਕ ਥੋੜੀ ਹਰ ਸ਼ਹਿਰ ਦੇ ਹਰ ਮਨੁੱਖ ਨੇ ਕੀ ਆਇਆ ਮੈਨੂੰ ਕੀ ਕਰੀਏ ਗਿਆਨੇ ਜੀ ਬਾਣੀ ਤੇ ਪੜਦੇ ਆ ਮਨ ਤੇ ਜੁੜਦਾ ਹੀ ਨਹੀਂ ਵਾਹਿਗੁਰੂ ਵਾਹਿਗੁਰੂ ਜਪਦੇ ਆ ਮਨ ਤੇ ਜੁੜਦਾ ਹੀ ਨਹੀਂ ਮਨ ਤੇ ਹੁੰਦਾ ਹੀ ਨਹੀਂ ਗੁਰਦੁਆਰੇ ਬੈਠੇ ਹੁੰਦੇ ਆ ਨਿਮਕ ਮਾਇ ਚਾਰ ਕੁੰਠ ਫਿਰ ਆਵੇ ਮਨ ਤੇ ਇੰਜ ਹੁੰਦਾ ਸੰਦਿਆ ਦਾ ਵਕਤ ਸੀ ਸੁਲਤਾਨਪੁਰ ਦੀ ਗੱਲ ਐ ਤੇ ਸੁਲਤਾਨਪੁਰ ਦਾ ਨਵਾਬ ਘੋੜੇ ਤੇ ਅਸਵਾਰ ਲੰਘਿਆ ਕੀ ਦੇਖ ਲਿਆ ਵਈ ਨਦੀ ਦੇ ਕੰਢੇ ਕੰਢੇ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਠੇ ਨੇ ਘੋੜੇ ਤੋਂ ਉਤਰਾ ਸਲਾਮ ਕਰਕੇ ਕਹਿੰਦਾ ਨਾਨਕ ਜੀ ਤੁਸੀਂ ਕਹਿੰਦੇ ਹੋ ਰਾਮ ਤੇ ਅੱਲਾ ਇਹ ਕੋਈ ਹੈ ਇੱਕੋ ਹੀ ਹੈ ਕਿ ਸਤਿਗੁਰ ਕਹਿੰਦੇ ਨੇ ਇਹਦੇ 'ਚ ਕੀ ਸ਼ੱਕ ਹੈ ਇੱਕੋ ਹੀ ਹੈ ਤੇ ਨਾਮ ਅਲੱਗ-ਅਲੱਗ ਨੇ ਹਸਤੀ ਤੇ ਇੱਕੋ ਹੀ ਹੈ ਇਹ ਤੇ ਭਾਸ਼ਾ ਦੇ ਹਿਸਾਬ ਨਾਲ ਨਾਮ ਅਲੱਗ-ਅਲੱਗ ਨੇ ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਬਲਹਾਰੀ ਜਾਉ ਜੇਤੇ ਤੇਰੇ ਨਾਮ ਹੈ ਔਰ ਸਾਰੇ ਨਾਮ ਅਵਤਾਰਾਂ ਦੇ ਮਨੁੱਖਾਂ ਦੇ ਰੱਖੇ ਹੋਏ ਨੇ ਓਨਿ ਪ੍ਰਮਾਤਮਾ ਦਾ ਕੋਈ ਨਾਮ ਨਹੀਂ ਅਨਾਮ ਹੈ ਅਠਾਮ ਹੈ ਸਾਡਾ ਵੀ ਕੋਈ ਨਾਮ ਨਹੀਂ ਨਾਮ ਲੈ ਕੇ ਜੰਮਦੇ ਆ ਬਾਅਦ ਵਿੱਚ ਸਾਨੂੰ ਨਾਮ ਦਿੱਤਾ ਜਾਂਦਾ ਹੈ ਸੰਸਾਰ ਦੇ ਵਿੱਚ ਹਰ ਵਸਤੂ ਅਨਾਮ ਹੈ ਕੋਈ ਨਾਮ ਨਹੀਂ ਗਏ ਨਾਮ ਸਿਰਫ ਮਨੁੱਖੀ ਦੁਨੀਆ ਮਨੁੱਖਾਂ ਨੂੰ ਪਤਾ ਇਸ ਦਰਖਤ ਦਾ ਕੀ ਨਾਮ ਹੈ ਫੁੱਲ ਦਾ ਕੀ ਨਾਮ ਹੈ ਇਹ ਫਲ ਦਾ ਕੀ ਨਾਮ ਹੈ ਸਾਗ ਸਬਜ਼ੀ ਦਾ ਕੀ ਨਾਮ ਹੈ ਇਹ ਦਵਾਈ ਦਾ ਕੀ ਨਾਮ ਹੈ ਇਸ ਬਿਮਾਰੀ ਦਾ ਕੀ ਨਾਮ ਹੈ ਔਰ ਸਾਰੇ ਨਾਂ ਮਨੁੱਖ ਨੇ ਰਖੇ ਨੇ ਕੋਈ ਬਿਮਾਰੀਆਂ ਨੇ ਆਪਣੇ ਨਾਮ ਨਹੀਂ ਰੱਖੇ ਕੋਈ ਦਵਾਈਆਂ ਨੇ ਆਪਣੇ ਨਾਮ ਨਹੀਂ ਰੱਖੇ ਮਨੁੱਖ ਨੇ ਰਖੇ ਨੇ ਸ਼ਹਿਰਾਂ ਦੇ ਨਾਮ ਸੜਕਾਂ ਦੇ ਨਾਮ ਗਲੀਆਂ ਦੇ ਨਾਮ ਮੁਲਕਾਂ ਦੇ ਨਾਮ ਮਜ਼ਬਾਂ ਦੇ ਨਾਮ ਇਹ ਸਭ ਮਨੁੱਖ ਨੇ ਰਖੇ ਨੇ ਤਤਾਂ ਦੇ ਨਾਮ ਇਹ ਧਰਤੀ ਹੈ ਪਵਣ ਹੈ ਪਾਣੀ ਹੈ ਅਗਨੀ ਹੈ ਆਕਾਸ਼ ਹੈ ਮਨੁੱਖ ਨੇ ਰਖੇ ਕਿੰਦੇ ਨੇ ਵਿਚਾਰਕ ਅਗਰ ਮਨੁੱਖ ਨਾ ਹੁੰਦਾ ਕਿਸੇ ਵਸਤੂ ਦਾ ਨਾਮ ਨਹੀਂ ਆਉਣਾ ਸੀ ਵਸਤੂ ਤੇ ਹੋਣੀ ਸੀ ਨਾਮ ਨਹੀਂ ਆਉਣਾ ਸੀ ਤਾਂ ਫਿਰ ਗਿਆਨ ਵੀ ਨਹੀਂ ਆਉਣਾ ਸੀ ਕਿਉਂ ਕਿਸੇ ਵੀ ਚੀਜ਼ ਦਾ ਗਿਆਨ ਦੇਣਾ ਹੋਵੇ ਪਹਿਲੇ ਨਾਮ ਅੱਗੇ ਕਰਨਾ ਪਏਗਾ ਨਾਮ ਤੋਂ ਬਿਨਾ ਗਿਆਨ ਨਹੀਂ ਦਿੱਤਾ ਜਾ ਸਕਦਾ ਜੈਸੇ ਇੱਕ ਨਿੱਕਾ ਜਿਹਾ ਮੈਂ ਉਦਾਹਰਣ ਦੇ ਆਂ ਵੀ ਮੈਂ ਤੁਹਾਨੂੰ ਆਖਾਂ ਇਸ ਇਲਾਕੇ 'ਚ ਮੇਰਾ ਇੱਕ ਮਿੱਤਰ ਰਹਿੰਦਾ ਹੈ ਬਚਪਨ ਦਾ ਦੋਸਤ ਤੇ ਮੈਂ ਉਸ ਨੂੰ ਮਿਲਣਾ ਹੈ ਮੈਨੂੰ ਉਹਦਾ ਥਾਂ ਟਿਕਾਣਾ ਦੱਸੋ ਤੇ ਤੁਸੀਂ ਇਹ ਆਖੋਗੇ ਉਹਦਾ ਨਾਂ ਕੀ ਹੈ ਮੈਂ ਕਹਾਂ ਨਾਂ ਤੇ ਮੈਨੂੰ ਆਉਂਦਾ ਹੀ ਨਹੀਂ ਮੈਂ ਕੀ ਕਰਾਂ ਮੈਨੂੰ ਨਾਮ ਮੈਨੂੰ ਨਹੀਂ ਆਉਂਦਾ ਤਾਂ ਕੀ ਦੱਸੋਗੇ ਮੈਨੂੰ ਜੇ ਤਾਂ ਕੀ ਤਾਂ ਤੇ ਤਾਂ ਨਾਮ ਵਿਣ ਨਾਵੇ ਨਾ ਇਹ ਕੋ ਥਾਂ ਹੋ ਜਿਤਨੀ ਵੀ ਕਿਰਤ ਪ੍ਰਭੂ ਦੀ ਹੈ ਮਨੁੱਖ ਨੇ ਸਭ ਨੂੰ ਨਾਮ ਦਿੱਤਾ ਹੈ ਨਾਮ ਤੋਂ ਬਿਨਾ ਕੋਈ ਚੀਜ਼ ਨਹੀਂ। ਅਗਰ ਕੋਈ ਚੀਜ਼ ਨਾਮ ਤੋਂ ਬਿਨਾ ਹੈ ਤਾਂ ਫਿਰ ਮਨੁੱਖ ਕੋਲ ਉਸ ਦਾ ਗਿਆਨ ਵੀ ਨਹੀਂ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ। ਗਿਆਨ ਤੇ ਨਾਮ ਦੋਵੇਂ ਸਮਿਲਿਤ ਨੇ। ਸਤਿਗੁਰ ਕਹਿਣ ਲੱਗੇ ਨਵਾਬ ਸਾਹਿਬ ਹਸਤੀ ਤੇ ਇੱਕੋ ਹੈ। ਰਾਮ ਅੱਲਾਹ ਇਹਦੇ 'ਚ ਕੀ ਸ਼ੱਕ ਹੈ? ਇਹ ਦੋ ਨਹੀਂ ਨੇ। ਜੋ ਰਾਮ ਹੈ ਉਹ ਹੀ ਅੱਲਾਹ ਹੈ। ਔਰ ਜੋ ਅੱਲਾ ਹੈ ਉਹ ਹੀ ਰਾਮ ਹੈ ਨਵਾਬ ਕਹਿੰਦਾ ਨਾਨਕ ਜੀ ਇਸ਼ਾ ਦੀ ਨਮਾਜ਼ ਦੀ ਬਾੰਗ ਦਿੱਤੀ ਜਾ ਚੁੱਕੀ ਹੈ ਸੂਰਜ ਜਦ ਗਰੂਬ ਹੋ ਜਾਂਦਾ ਹੈ ਰਾਤ ਆਰੰਭ ਹੋ ਜਾਂਦੀ ਹੈ ਉਸ ਸਮੇਂ ਜੋ ਮੁਸਲਮਾਨ ਨਮਾਜ਼ ਪੜ੍ਹਦੇ ਨੇ ਉਹਨੂੰ ਕਹਿੰਦੇ ਨੇ ਇਸ਼ਾ ਦੀ ਨਮਾਜ਼ ਅੰਮ੍ਰਿਤ ਵੇਲੇ ਜਿਹੜੀ ਪੜ੍ਹਦੇ ਨੇ ਫਜਰ ਦੀ ਨਮਾਜ਼ ਇਸ਼ਾ ਦੀ ਨਮਾਜ਼ ਦਾ ਸਮਾਂ ਹੋ ਗਿਆ ਹੈ ਅਗ ਦੇ ਅੱਲਾ ਦੇ ਰਾਮ ਇੱਕ ਹੋਇਆ ਚਲ ਕੱਟ ਕੇ ਇਕੱਠੇ ਚਲੀਏ ਨਮਾਜ਼ ਪੜੀਏ ਸਤਿਗੁਰ ਖੜੇ ਹੋ ਗਏ ਚਲੋ ਨਵਾਬ ਸਾਹਿਬ ਚਲੀਏ ਬਿਲਕੁਲ ਨਵਾਬ ਨੂੰ ਇਹ ਉਮੀਦ ਨਹੀਂ ਸੀ ਕਿ ਗੁਰੂ ਨਾਨਕ ਇਸ ਤਰ੍ਹਾਂ ਹੀ ਖੜੇ ਹੋ ਜਾਣਗੇ ਮੇਰੇ ਨਾਲ ਚੱਲ ਪੈਣਗੇ ਅੰਦਰੋਂ ਤੇ ਨਵਾਬ ਵੀ ਹੈਰਾਨ ਹੋਇਆ ਬੇਬੇ ਨਾਨਕੀ ਤਾਂ ਖਬਰਾਂ ਜਾ ਪਹੁੰਚੀਆਂ ਬੇਬੇ ਜੀ ਨਾਨਕ ਜੀ ਨਮਾਜ਼ ਪੜਨ ਜਾ ਰਹੇ ਲੱਗਦਾ ਮੁਸਲਮਾਨ ਹੋਣ ਲੱਗੇ ਸultanpur ਦੇ ਚ ਖਬਰਾਂ ਪਹੁੰਚ ਗਈਆਂ ਨਵਾਬ ਲੈ ਗਿਆ ਆਪਣੇ ਨਿੱਜੀ ਮਸਜਿਦ ਦੇ ਚ ਉਹਦੀ ਆਪਣੀ ਬਣਾਈ ਹੋਈ ਮਹਿਲਾਂ ਦੇ ਚ ਉਹਦੇ ਚ ਕੁਝ ਅਹਿਲਕਾਰ ਤੇ ਨਵਾਬ ਆਪ ਤੇ ਇਮਾਮ ਜਿਹਨੇ ਨਮਾਜ਼ ਪੜਾਣੀ ਅੰਦਾਜ਼ਨ 10-12 ਅਮਲਕ ਕਤਾਰੇ ਚ ਖੜੇ ਨੇ ਅੱਗੋ ਇਮਾਮ ਐ ਜਿਸ ਨੇ ਵਾਰੀ ਵਾਰੀ ਰੁਕਾਤ ਪੜ੍ਹਨੀ ਐ ਮਤਲਬ ਨਮਾਜ਼ ਸ਼ੁਰੂ ਕਰਾਣੀ ਐ ਉਸੇ ਕਤਾਰੇ ਚ ਗੁਰੂ ਨਾਨਕ ਦੇਵ ਜੀ ਖੜੇ ਹੋ ਗਏ ਇਮਾਮ ਨੇ ਨਮਾਜ਼ ਸ਼ੁਰੂ ਕੀਤੀ ਬਿਸਮਿਲ੍ਲਾ ਰਹਿਮਾਨਿਰ ਰਹਿੀਮ ਤੋਂ ਸਾਰਿਆਂ ਨੇ ਸਜਦਾ ਕੀਤਾ ਪਰ ਗੁਰੂ ਨਾਨਕ ਖੜੇ ਰਹਿ ਨਹੀਂ ਸਜਦਾ ਕੀ ਸਜਦਾ ਕਰਦਿਆਂ ਆ ਨਵਾਬ ਨੇ ਥੋੜਾ ਜਿਹਾ ਅੱਖ ਖੋਲ ਕੇ ਵੇਖ ਲਿਆ ਵੀ ਗੁਰਨਾਨਕ ਤੇ ਖੜੇ ਨੇ ਤੇ ਨਮਾਜ਼ ਦੇ ਚ ਬਾਰ ਬਾਰ ਝੁਕਣਾ ਪੈਂਦਾ ਤੇ ਸਜਦਾ ਕਰਨਾ ਪੈਂਦਾ ਝੁਕਣਾ ਪੈਂਦਾ ਗੋਡਿਆਂ ਦੇ ਬਾਹਰ ਕੁਝ ਰੁਕਾਵਟਾਂ ਦੇ ਚ ਗੋਡੇ ਦੇ ਬਾਹਰ ਝੁਕਣਾ ਪੈਂਦਾ ਕੁਝ ਰੁਕਾਵਟਾਂ ਦੇ ਚ ਸਜਦਾ ਕਰਨਾ ਪੈਂਦਾ ਨਵਾਬ ਬਾਰ ਬਾਰ ਸਜਦਾ ਕਰ ਰਿਹਾ ਹੈ ਗੁਰਨਾਨਕ ਨਹੀਂ ਕਰ ਰਿਹਾ ਨਵਾਬ ਬਾਰ ਬਾਰ ਝੁਕ ਰਿਹਾ ਹੈ ਗੁਰੂ ਨਾਨਕ ਨਹੀਂ ਝੁਕ ਰਿਹਾ ਉਸੇ ਤਰ੍ਹਾਂ ਹੀ ਖੜਾ ਹੈ ਆਖਿਰ ਨਮਾਜ਼ ਦੀ ਸਮਾਪਤੀ ਹੋਈ ਹੱਸ ਕੇ ਨਵਾਬ ਕਹਿੰਦਾ ਗੱਲਾਂ ਹੀ ਗੱਲਾਂ ਨੇ RAM ਤੇ ਅੱਲਾ ਇੱਕੋ ਹੀ ਹੈ ਅੱਲਾ ਹੈ ਉਹੀ RAM ਹੈ RAM ਹੈ ਉਹੀ ਅੱਲਾ ਤੁਸੀਂ ਵਾਅਦਾ ਕੀਤਾ ਸੀ ਸਾਡੇ ਨਾਲ ਨਮਾਜ਼ ਪੜੋਗੇ ਤੁਸੀਂ ਨਹੀਂ ਪੜ੍ਹੇ ਨਹੀਂ ਪੜ੍ਹੇ ਸਤਗੁਰ ਕਹਿੰਦੇ ਨੇ ਅਸੀਂ ਆਪਣੇ ਵਾਅਦੇ ਦੇ ਕਾਇਮ ਆ ਤੇਰੇ ਨਾਲ ਨਮਾਜ਼ ਪੜਨੀ ਇਹ ਵਾਅਦਾ ਕੀਤਾ ਸੀ ਤੇਰੇ ਨਾਲ ਨਮਾਜ਼ ਪੜਨੀ ਹੈ ਪਰ ਮੈਂ ਤੇਰੇ ਨਾਲ ਘੋੜੇ ਨਹੀਂ ਖਰੀਦਨੇ ਤੂੰ ਤੇ ਕਾਬਲ ਦੇ ਚ ਘੋੜੇ ਖਰੀਦ ਰਿਆ ਸੀ ਮੈਨੂੰ ਨਹੀਂ ਘੋੜੇ ਚਾਹੀਦੇ ਮੈਂ ਨਹੀਂ ਕਾਬਲ ਦੇ ਜਾ ਕੇ ਘੋੜੇ ਖਰੀਦਨੇ ਤੂੰ ਦੱਸ ਨਮਾਜ਼ ਪੜ ਰਿਆ ਸੀ ਕਿ ਘੋੜੇ ਖਰੀਦ ਰਿਆ ਸੀ ਦੋ ਆਦਮੀ ਭੇਜੇ ਸਨ ਨਵਾਬ ਨੇ ਕਾਬਲ ਤੇ ਸ਼ਾਇਦ ਆਪ ਨੂੰ ਪਤਾ ਹੋਵੇ ਕੋਈ 2000 ਸਾਲ ਤੋਂ ਕਾਬਲ ਘੋੜਿਆਂ ਦੀ ਮੰਡੀ ਚੱਲਿਆ ਆ ਰਹੀ ਹੈ 1000 ਸਾਲ ਦਾ ਤੇ ਇਤਿਹਾਸ ਮੌਜੂਦ ਹੈ ਲੇਕਿਨ ਇਤਿਹਾਸਕਾਰ ਕਹਿੰਦੇ ਨੇ ਬਹੁਤ ਪੁਰਾਣੀ ਮੰਡੀ ਹੈ ਅਫਗਾਨੀ ਲੋਕਾਂ ਦਾ ਬਹੁਤ ਵੱਡਾ ਸ਼ੌਕ ਹੈ ਘੋੜਸਵਾਰੀ ਤੋਂ ਕਾਬਲ ਦੇ ਭਾਦਰਾਉ ਦਾ ਪੂਰਾ ਮਹੀਨਾ ਘੋੜਿਆਂ ਦੀ ਮੰਡੀ ਲੱਗਦੀ ਹੈ ਇਰਾਕੀ ਘੋੜੇ ਇਰਾਨੀ ਘੋੜੇ ਤੁਰਕਮਿਨਿਸਤਾਨ ਦੇ ਘੋੜੇ ਉਸਬੇਕਿਸਤਾਨ ਦੇ ਘੋੜੇ ਰਾਗਵਾਨistan ਦੇ ਘੋੜੇ ਸਾਰੇ ਉੱਥੇ ਇਕੱਠੇ ਹੁੰਦੇ ਨੇ। ਵਪਾਰੀ ਲੈ ਆਂਦੇ ਨੇ, ਖਰੀਦਦੇ ਨੇ, ਵੇਚਦੇ ਨੇ। ਧਨਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਵੀ ਜਦ ਘੋੜਿਆਂ ਦੀ ਲੋੜ ਪਈ 500 ਮੋਰਾ ਦੇ ਕੇ ਭਾਈ ਗੁਰਦਾਸ ਜੀ ਨੂੰ ਕਾਬਲ ਭੇਜਿਆ ਸੀ। ਵਧੀਆ ਘੋੜੇ ਖਰੀਦ ਕੇ ਲਿਆ ਇਰਾਕੀ। ਭਾਈ ਗੁਰਦਾਸ ਵੀ ਕਾਬਲ ਹੀ ਗਏ ਸਨ ਘੋੜਿਆਂ ਨੂੰ ਖਰੀਦਣ ਵਾਸਤੇ। ਬڑے ਪ੍ਰਾਚੀਨ ਕਾਲ ਤੋਂ afghanistan ਘੋੜਿਆਂ ਦੀ ਮੰਡੀ ਰਿਆ ਔਰ ਹੁਣ ਵੀ ਹੈ ਸਤਿਗੁਰੂ ਕਹਿਣ ਲੱਗੇ ਅਸੀਂ ਵਾਅਦਾ ਕੀਤਾ ਸੀ ਤੇਰੇ ਨਾਲ ਨਮਾਜ਼ ਪੜ੍ਹਣੀ ਹੈ ਤੇਰੇ ਨਾਲ ਕਾਬਲ ਦੇ ਜਾ ਕੇ ਘੋੜੇ ਨਹੀਂ ਖਰੀਦਣੇ ਤੂੰ ਦੱਸ ਨਮਾਜ਼ ਪੜ੍ਹ ਰਿਆ ਸੀ ਕਿ ਘੋੜੇ ਖਰੀਦ ਰਿਆ ਸੀ ਬੜਾ ਸ਼ਰਮਸਾਰ ਹੋਇਆ ਨਵਾਬ ਕਹਿੰਦਾ ਹੈ ਅਤੇ ਅੰਦਰ ਦੀ ਜਾਣ ਕੇ ਲੋਕੀ ਮੰਦਰ ਮਸਜਿਦ ਗੁਰਦੁਆਰਿਆਂ ਦੇ ਚ ਪੂਜਾ ਪਾਠ ਧਾਰਮਿਕ ਸਾਧਨਾਵਾਂ ਦੇ ਚ ਬਸ ਆਪਣੇ ਆਪਣੇ ਘੋੜੇ ਹੀ ਖਰੀਦਦੇ ਨੇ ਕੌਣ ਨਮਾਜ਼ ਪੜ੍ਹਦਾ ਹੈ ਕੌਣ ਜਪ ਕਰਦਾ ਹੈ ਕੌਣ ਬੰਦਗੀ ਕਰਦਾ ਸਭ ਆਪਣੇ ਆਪਣੇ ਘੋੜੇ ਖਰੀਦਦੇ ਤੇ ਜਦ ਘੋੜੇ ਹੀ ਖਰੀਦਣ ਜਾਣਾ ਹੈ ਮੰਦਰ ਮਸਜਿਦ ਗੁਰਦੁਆਰੇ ਚ ਤਾਂ ਗੁਸਤਾਖੀ ਮਾ ਉਹ ਧਾਰਮਿਕ ਸਥਾਨ ਵਪਾਰ ਦਾ ਕੇਂਦਰ ਬਣ ਜਾਂਦਾ ਹੈ ਤੋ ਫਿਰ ਵਪਾਰ ਦੇ ਜਿਹੜੀਆਂ ਬੇਈਮਾਨੀਆਂ ਹੁੰਦੀਆਂ ਨੇ ਕਾਰੋਬਾਰ ਦੇ ਜਿਹੜੀ ਹੇਰਾਫੇਰੀ ਹੁੰਦੀ ਏ ਉਹ ਮੰਦਰ ਮਸਜਿਦ ਗੁਰਦੁਆਰਿਆਂ 'ਚ ਵੀ ਹੋਵੇਗੀ ਰੱਜ ਕੇ ਹੋਵੇਗੀ ਖੈਰ ਇੰਨਾ ਹੀ ਮੈਂ ਅਰਜ਼ ਕਰਾਂ ਮੁਖ्तसर ਪ੍ਰਭ ਕੀ ਉਸਤਤ ਕਰੋ ਸੰਤ ਮੇਤ ਸਾਵਧਾਨ ਇਕਾਗਰ ਚੇਤ ਕਾਮਨਾ ਮਨ ਨੂੰ ਨਾਮ ਨਾਲ ਨਹੀਂ ਜੁੜਨ ਦੇਗੀ ਕਾਮਨਾ ਮਨ ਨੂੰ ਕੀਰਤਨ ਨਾਲ ਨਹੀਂ ਜੁੜਨ ਦੇਗੀ ਕਾਮਨਾ ਮਨ ਨੂੰ ਜਪ ਨਾਲ ਨਹੀਂ ਜੁੜਨ ਦੇਗੀ ਕਮ ਸੇ ਕਮ 24 ਘੰਟਿਆਂ ਚ ਮਨੁੱਖ ਅੱਧਾ ਘੰਟਾ ਵੀ ਅਭਿਆਸ ਕਰੇ ਕੱਲ ਤੋਂ ਸੰਕਲਪ ਕਰੇ ਕਿ ਜਿਸ ਸਮੇਂ ਮੈਂ ਨਿਤਨੇਮ ਕਰਨਾ ਹੈ ਮੈਂ ਕਾਮਨਾ ਨੂੰ ਨੇੜੇ ਆਣ ਹੀ ਨਹੀਂ ਦੇਣਾ ਉਸ ਸਮੇਂ ਤੇ ਨਹੀਂ ਆਣ ਦੇਣਾ ਰੋਜ਼ ਰੋਜ਼ ਮਨੁੱਖ ਆਪਣੀ ਕਾਮਨਾਵਾਂ ਤੋਂ ਹਾਰੇਗਾ ਹਾਰਦਾ ਹੈ ਰੋਜ਼ ਹਾਰ ਹੁੰਦੀ ਹੈ ਔਰ ਨਿਰਾਸ਼ ਹੋ ਕੇ ਫਿਰ ਮਨੁੱਖ ਸੰਕਲਪ ਕਰਨਾ ਹੀ ਛੱਡ ਦਿੰਦਾ ਠੀਕ ਹੈ ਕਾਮਨਾ ਕਰਕੇ ਹੀ ਜਪਾਂਗੇ ਕਾਮਨਾ ਕਰਕੇ ਹੀ ਕਰਾ ਹਰ ਮਨੁੱਖ ਆਪਣੀ ਵਾਸ਼ਨਾ ਦੇ ਹੱਥੋਂ ਹਾਰਿਆ ਹੋਇਆ ਹੈ ਹਰ ਮਨੁੱਖ ਆਪਣੀ ਕਾਮਨਾਵਾਂ ਦੇ ਹੱਥੋਂ ਹਾਰਿਆ ਹੋਇਆ ਹੈ ਕਾਮਨਾਵਾਂ ਕੀਰਤਨ ਕਥਾ ਜਪ ਨਾਲ ਜੁੜਨ ਨਹੀਂ ਦੇਂਦੀਆਂ ਕਾਮਨਾਵਾਂ ਕਈ ਦਫਾ ਮੰਦਰ ਮਸਜਿਦ ਗੁਰਦੁਆਰੇ ਆਣ ਨਹੀਂ ਦੇਂਦੀਆਂ ਕੁਝ ਵੀ ਨਹੀਂ ਕਰਨ ਦਿੰਦੀਆਂ ਕਾਮਨਾਵਾ ਮੰਦਰ ਮਸਜਿਦ ਆਣ ਤੋਂ ਰੋਕ ਦੇਣ ਗਿਆ ਤੇ ਜੇ ਬੰਦਾ ਆ ਗਿਆ ਥੋੜਾ ਜਿਹਾ ਸੰਕਲਪ ਉਸ ਦਾ ਫਰਗਬਲ ਹੈ ਆ ਗਿਆ ਤੇ ਕਾਮਨਾ ਕਹਿ ਗਈ ਆਪਾਂ ਵੀ ਤੇਰੇ ਨਾਲ ਹੀ ਬੈਠਣਾ ਕਿੱਥੇ ਜਾਂਦਾ ਹੈ ਜਾਂ ਗੁਰਦੁਆਰੇ ਮੈਂ ਤੈਨੂੰ ਬਾਜ਼ਾਰ ਹੀ ਲੈ ਜਾਵਾਂਗੀ ਕਾਮਨਾ ਫਿਰ ਮੰਨੋ ਲਈ ਫਿਰਦੀ ਹੈ ਕਾਹੋਂ ਫਲ ਕੇ ਇੱਛਾ ਨਹੀਂ ਬਾਛੇ ਕੇਵਲ ਭਗਤ ਕੀਰਤਨ ਸੰਗ ਰਾਚੇ ਸਮਾਜ ਰੋਜ਼ ਰੋਜ਼ ਸਾਰੀ ਦੁਨੀਆ ਦਾ ਬੁਰਾ ਹੁੰਦਾ ਜਾ ਰਿਹਾ ਹੈ ਕਿਉਂ ਹਰ ਬੁਰੇ ਕਰਮ ਦੇ ਚ ਮਨ ਪੂਰਾ ਹੁੰਦਾ ਹੈ ਹਰ ਬੁਰੇ ਕਰਮ ਦੇ ਸਾਵਧਾਨੀ ਹੁੰਦੀ ਹੈ ਹਰ ਬੁਰੇ ਕਰਮ ਦੇ ਚ ਇਕਾਗਰਤਾ ਹੁੰਦੀ ਹੈ ਕਿਉਂ ਖਤਰਾ ਕਾਨੂੰਨ ਦਾ ਖਤਰਾ ਸਮਾਜ ਦਾ ਪਕੜੇ ਜਾਵਾਂਗੇ ਤੇ ਉਹਦੇ ਸੰਸਕਾਰ ਬਣ ਜਾਂਦੇ ਨੇ ਹਰ ਬੁਰਾ ਕਰਮ ਮਨ ਦਾ ਹਿੱਸਾ ਬਣ ਜਾਂਦਾ ਹੈ। ਮਨ ਜਿਸ ਕਰਮ ਦੇ ਚ ਹੋਵੇ ਉਹੀ ਕਰਮ ਮਨ ਦੇ ਚ ਲਿਖਿਆ ਜਾਂਦਾ ਦੂਜਾ ਨਹੀਂ। ਜਿਹੜਾ ਭੋਜਨ ਮੈਂ ਖਾ ਲਿਆ ਮੇਰੇ ਕੰਢ ਤੋਂ ਥੱਲੇ ਗਿਆ ਮੈਂ ਪ੍ਰਵਾਨਦੇ ਹਾਂ। ਉਹੀ ਮੇਰੇ ਤਨ ਦਾ ਹਿੱਸਾ ਬਣਦਾ ਦੂਜਾ ਨਹੀਂ। ਥਾਲੀ ਚ ਪਿਆ ਹੈ ਮੇਰੇ ਸਾਹਮਣੇ। ਸਾਰਾ ਦਿਨ ਪਿਆ ਰਵੇ ਇਹ ਮੇਰੇ ਸਰੀਰ ਦਾ ਹਿੱਸਾ ਨਹੀਂ ਬਣੇਗਾ। ਇਹ ਭੋਜਨ ਕੁਝ ਮਾਤਰਾ ਦੇ ਵਿੱਚ ਮੇਰੇ ਸਰੀਰ ਦਾ ਹਿੱਸਾ ਉਦੋਂ ਬਣੇਗਾ ਜਦ ਮੈਂ ਖਾ ਲਵਾਂ ਤੇ ਇਹਦੀ ਜਿਹੜੀ ਮਾਤਰਾ ਸਰੀਰ ਦੇ ਵਿੱਚ ਰਹਿ ਜਾਏਗੀ ਉਹੀ ਖੂਨ ਹੈ ਉਹੀ ਮਾਸ ਹੈ ਉਹੀ ਹੱਡੀਆਂ ਉਹੀ ਚਰਬੀ ਹੈ ਜਿਸ ਕਰਮ ਦੇ ਵਿੱਚ ਮੇਰਾ ਮਨ ਹੈ ਉਹੀ ਕਰਮ ਮੇਰੇ ਮਨ ਦੇ ਵਿੱਚ ਲਿਖਿਆ ਜਾਏਗਾ ਉਹਨੂੰ ਸੰਸਕਾਰ ਕਹਿੰਦੇ ਨੇ ਔਰ ਜਿਹੜਾ ਕਰਮ ਮਨ ਕਰਕੇ ਪੂਰਾ ਕੀਤਾ ਉਹ ਫਿਰ ਵਿਚਾਰਾਂ ਚ ਚਲੇਗਾ ਕਿਉਂਕਿ ਮਨ ਨਾਲ ਕੀਤਾ ਹੈ ਪੂਰੀ ਕਾਗਰਤਾ ਨਾਲ ਕੀਤਾ ਹੈ ਜਿਹੜੇ ਵਿਚਾਰ ਨੇ ਇਹਨੂੰ ਹੀ ਕਹਿੰਦੇ ਨੇ ਮੱਥੇ ਦੇ ਲੇਖ ਨਾਨਕ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੜੇ ਕੀਮਤੀ ਬੋਲ ਕਾਇਆ ਕਾਗਦ ਮਨ ਪਰਵਾੜਾ ਸਿਰ ਖੇ ਲੇਖ ਨਾ ਪੜੇ ਇਹਾਣਾ ਬੜੀਆਂ ਬੜੀਆਂ ਕਿਤਾਬਾਂ ਪੜ ਲੈਂਦਾ ਬੜੀਆਂ ਬੜੀਆਂ ਪੋਥੀਆਂ ਪੜ ਲੈਂਦੀਆਂ ਬੜੀ ਵਿਦਿਆ ਹਾਸਲ ਕੀਤੀ ਹੈ ਬੜੀਆਂ ਬੜੀਆਂ ਡਿਗਰੀਆਂ ਹਨ ਇਹਦੇ ਕੋਲ ਬੜੇ ਬੜੇ ਪ੍ਰਮਾਣ ਪੱਤਰ ਨੇ ਪਰ ਸਾਬ ਕਹਿੰਦੇ ਮੋੜ ਦਾ ਮੋਰ ਹੈ ਸਿਰ ਦੇ ਲੇਖ ਤੇ ਪੜ੍ਹ ਹੀ ਨਹੀਂ ਸਕਦਾ ਬੁਥੇਰੀਆਂ ਕਿਤਾਬਾਂ ਪੜ੍ਹ ਲੈਂਦਾ ਸਿਰ ਦੇ ਲੇਖ ਪੜ੍ਹਨੇ ਨਹੀਂ ਆਉਂਦੇ ਕਾਇਆ ਕਾਗਦ ਮਨ ਪਰਵਾਲਾ ਮਨ ਪ੍ਰਵਾਨਾ ਲਿਖਿਆ ਹੋਇਆ ਲੇਖ ਹੈ ਮਨ ਨੂੰ ਪੜ੍ਹਨਾ ਨਹੀਂ ਆਉਂਦਾ ਸਿਰ ਦੇ ਲੇਖਾ ਨੂੰ ਪੜਨਾ ਨਹੀਂ ਆਉਂਦਾ ਜੋ ਸਿਰ ਦੇ ਵਿਚਾਰ ਚੱਲਦੇ ਰਹਿੰਦੇ ਨੇ ਸੋਚਣੀ ਚੱਲਦੀ ਰਹਿੰਦੀ ਏ ਯਾਦਾਂ ਚੱਲਦੀਆਂ ਰਹਿੰਦੀਆਂ ਅਗਰ ਯਾਦਾਂ ਬੁਰੀਆਂ ਚੱਲਦੀਆਂ ਪਈਆਂ ਨੇ ਲੇਖ ਬੁਰੇ ਲਿਖੇ ਵਿਚਾਰ ਗਲਤ ਚੱਲ ਰਹੇ ਨੇ ਲੇਖ ਗਲਤ ਲਿਖੇ ਗਏ ਨੇ ਸੋਚਣੀ ਗਲਤ ਚੱਲ ਰਹੀ ਏ ਲੇਖ ਗਲਤ ਲਿਖੇ ਗਏ ਨੇ ਮਹਾਰਾਜ ਕਹਿੰਦੇ ਕੋਈ ਪੜਦਾ ਹੀ ਨਹੀਂ ਚੱਲਦੇ ਪਹਿਣ ਲਿਖੇ ਜਾ ਰਹੇ ਨੇ ਔਰ ਅੰਦਰ ਚੱਲਦੇ ਪਹਿਣ ਖਾਦਾ ਹੋਇਆ ਭੋਜਨ ਅੰਦਰ ਖੂਨ ਦੇ ਰਾਹੀਂ ਚੱਲਦਾ ਹੈ ਮਨ ਦੇ ਤਲ ਤੇ ਕੀਤਾ ਹੋਇਆ ਪੂਰਕ ਕਰਮ ਵਿਚਾਰਾਂ ਦੇ ਚੱਲਦਾ ਰਹਿੰਦਾ ਹੈ ਚੱਲਦਾ ਰਹਿੰਦਾ ਕਾਇਆ ਕਾਗਦ ਮਨ ਪਰਵਾਣਾ ਸਿਰਖੇ ਲੇਖ ਨਾ ਪੜੇ ਇਆਣਾ ਧਾਰਮਿਕ ਵਿਦਵਾਨ ਅਨਭਵੀ ਪੁਰਸ਼ ਕਹਰੇ ਨੇ ਸਾਰੀ ਦੁਨੀਆ ਦਾ ਸਮਾਜਿਕ ਡਾਂਚਾ ਰੋਜ਼ ਰੋਜ਼ ਬੁਰਾ ਹੁੰਦਾ ਜਾ ਰਿਹਾ ਹੈ ਹਰ ਰੋਜ਼ ਉਸਤਨ ਬੁਰਾਈ ਵਧਦੀ ਜਾ ਰਹੀ ਹੈ ਸਾਰੇ ਸੰਸਾਰ ਦੇ ਵਿੱਚ ਔਰ ਹਰ ਰੋਜ਼ ਉਸਤਨ ਭਲਾਈ ਘਟਦੀ ਜਾ ਰਹੀ ਹੈ ਸਾਰੇ ਸੰਸਾਰ ਦੇ ਵਿੱਚ ਕਿਉਂ ਹਰ ਬੁਰੇ ਕਰਮ ਦੇ ਵਿੱਚ ਮਨ ਦੀ ਕਾਗਰਤਾ ਹੈ ਹਰ ਬੁਰੇ ਕਰਮ ਦੇ ਵਿੱਚ ਮਨੁੱਖ ਸਾਵਧਾਨ ਹੈ ਬੇਈਮਾਨੀ ਦੇ ਵਿੱਚ ਬੜਾ ਸਾਵਧਾਨ ਹੈ ਅਗਰ ਸਾਵਧਾਨ ਨਹੀਂ ਤੇ ਇਹਦੀ ਬੇਈਮਾਨੀ ਪਕੜੀ ਜਾਏਗੀ ਹਰ ਗਲਤ ਕਰਮ ਦੇਚ ਇਹ ਪੂਰਾ ਸਾਵਧਾਨ ਹੈ ਇਕਾਗਰ ਹੈ ਅਗਰ ਇਕਾਗਰ ਨਹੀਂ ਸਾਵਧਾਨ ਨਹੀਂ ਹੈ ਤਾਂ ਪਕੜਿਆ ਜਾਏਗਾ ਦੁਜੇ ਦੀ ਪਕੜ ਦੇਚ ਆ ਜਾਏਗਾ ਹਰ ਬੁਰੇ ਕਰਮ ਨੂੰ ਸਮਾਜ ਤੇ ਕਾਨੂੰਨ ਦੀ ਨਿਗਾਹ ਤੋਂ ਬਚਾ ਕੇ ਕਰਨਾ ਪੈਂਦਾ ਹੈ ਸ਼ੁਭ ਕਰਮ ਦੇ ਉਤੇ ਕੋਈ ਪਰਦਾ ਪਾਣ ਦੀ ਲੋੜ ਨਹੀਂ ਇਹ ਵੀ ਮੈਰਜ ਕਰਦੇ ਆ ਜਿਵੇਂ ਫੁੱਲਾਂ ਨੂੰ ਢੱਕਣ ਦੀ ਲੋੜ ਨਹੀਂ ਗੰਦਗੀ ਨੂੰ ਢਕਣਾ ਪੈਂਦਾ ਹੈ ਗੰਦਗੀ ਨੂੰ ਖੁੱਲ੍ਹਾ ਨਹੀਂ ਰੱਖਣਾ ਪੈਂਦਾ ਢਕਣਾ ਪੈਂਦਾ ਹੈ ਲੇਕਿਨ ਫੁੱਲਾਂ ਨੂੰ ਢੱਕਣ ਦੀ ਲੋੜ ਹੈ ਕਿਸੇ ਵੀ ਸ਼ੁਭ ਕਰਮ ਨੂੰ ਛੁਪਾਉਣ ਦੀ ਲੋੜ ਹੀ ਨਹੀਂ ਲੋੜ ਹੀ ਨਹੀਂ ਸ਼ੁਭ ਕਰਮ ਤੇ ਫੁੱਲਾਂ ਦੀ ਤਰ੍ਹਾਂ ਉਹਨਾਂ ਦੀ ਤੇ ਮਹਿਕ ਹੈ ਸੁੰਦਰ ਨੇ ਬڑا ਸੁਆਪਣ ਹੈ ਠੀਕ ਹੈ ਜ਼ਮੀਨ ਦੇ ਉੱਤੇ ਭਾਵੇਂ ਫੁੱਲ ਵੱਧੇ ਜਾ ਰਹੇ ਹਨ ਮਨੁੱਖ ਦੀ ਜੀਵਨ ਦੀ ਧਰਤੀ ਦੇ ਤੇ ਕੰਡੇ ਕੰਡੇ ਵੱਧੇ ਜਾ ਰਹੇ ਹਨ ਫੁੱਲ ਕੋਈ ਨਹੀਂ ਐਵੀਂ ਮਹਿਸ ਕਰਦੇ ਹਾਂ ਹਕੀਕਤ ਹੈ ਬਹੁਤ ਵੱਡੀ ਸਚਾਈ ਹੈ ਸਮਾਜ ਸਾਰੀ ਦੁਨੀਆ ਦਾ ਅਨਭਵੀ ਪੁਰਸ਼ ਕਹਿੰਦੇ ਨੇ ਉਸ ਤਨ ਬੁਰਾ ਹੁੰਦਾ ਜਾ ਰਿਹਾ ਹੈ ਬਾਜ਼ਾਰ ਦੇ ਚ ਬੁਰਾਈ ਘਰ-ਬਾਰ ਦੇ ਚ ਬੁਰਾਈ ਗੁਸਤਾਖੀ ਮਾਫ ਬਾਰ-ਬਾਰ ਮਾਫ ਮਾਫੀ ਮੈਂ ਮੰਗ ਰਿਆਂ ਮੰਦਰ ਮਸਜਿਦ ਗੁਰਦੁਆਰਿਆਂ ਚ ਬੁਰਾਈ ਲੈ ਜਾਂਦੀਆਂ ਨੇ ਪੱਗਾਂ ਬਾਜ਼ਾਰ ਦੇ ਚ ਲੈ ਜਾਂਦੀਆਂ ਨੇ ਪੱਗਾਂ ਮੰਦਰ ਮਸਜਿਦ ਗੁਰਦੁਆਰਿਆਂ ਚ ਬੁਰੇ ਕਰਮ ਹੁੰਦੇ ਨੇ ਸੰਸਾਰ ਦੇ ਚ ਬੁਰੇ ਕਰਮ ਤੀਰਥਾਂ ਤੇ ਵੀ ਆਉਂਦੇ ਨੇ ਮੰਦਰਾਂ ਚ ਵੀ ਆਉਂਦੇ ਨੇ ਸਮੁੱਚਾ ਸੰਸਾਰ ਦਾ ਸਮਾਜਿਕ ਢਾਂਚਾ ਰੋਜ਼ ਰੋਜ਼ ਬੁਰਾ ਹੁੰਦਾ ਜਾ ਰਿਹਾ ਹੈ ਬੁਰਾ ਹੁੰਦਾ ਜਾ ਰਿਹਾ ਹੈ ਕਿਉਂ ਬੁਰੇ ਕਰਮ ਦੇ ਚ ਪੂਰੀ ਇਕਾਗਰਤਾ ਮਨ ਦਾ ਹਿੱਸਾ ਬਣ ਜਾਂਦਾ ਹੈ ਤੇ ਜਿਹੜਾ ਕਰਮ ਮਨ ਦਾ ਹਿੱਸਾ ਬਣ ਗਿਆ ਮਨ ਫਿਰ ਪ੍ਰੇਰਦਾ ਉਸ ਕਰਮ ਨੂੰ ਉਹ ਕਰਨਾ ਹੈ ਫਿਰ ਕਰਨਾ ਹੈ ਕਿਉਂਕਿ ਵਿਚਾਰਾਂ ਚ ਚੱਲਦਾ ਹੈ ਸੋਚਣੀ ਚੱਲਦਾ ਹੈ ਖਾਦਾ ਹੋਇਆ ਭੋਜਨ ਜਿਵੇਂ ਖੂਨ ਦੇ ਚੱਲਦਾ ਹੈ ਮਨ ਦੇ ਤਲ ਤੇ ਕੀਤਾ ਹੋਇਆ ਕਰਮ ਜਿਹਦੇ ਚ ਇਕਾਗਰਤਾ ਹੈ ਸਾਵਧਾਨੀ ਹੈ ਉਮੰਦ ਵਿੱਚ ਬਾਰ ਬਾਰ ਚੱਲਦਾ ਹੈ ਯਾਦ ਦੇ ਚੱਲਦਾ ਹੈ ਵਿਚਾਰਾਂ ਚ ਚੱਲਦਾ ਹੈ ਔਰ ਫਿਰ ਉਸ ਤੋਂ ਮਨੁੱਖ ਪ੍ਰੇਰਿਤ ਹੋ ਕੇ ਫਿਰ ਉਹੀ ਕਰਦਾ ਹੈ ਇੱਕ ਭੁੱਲ ਇੱਕ ਦਫਾ ਨਹੀਂ ਕਰਦਾ ਫਿਰ ਬਾਰ ਬਾਰ ਕਰਦਾ ਹੈ ਭੁਲਾਵੜੇ ਭੁੱਲੀ ਭੁੱਲ ਭੁੱਲ ਪਛੋਤਾਣੀ ਥੋੜਾ ਜਿਆ ਠੀਕੇ ਸਤਸੰਗੀ ਹੋਵੇ ਕਦੀ ਕਦੀ ਗਹਿਰਾ ਜਾਂਦਾ ਹੋਵੇ ਤੋ ਪਛਤਾਪ ਕਰੇਗਾ ਇਹ ਕਿ ਹੋ ਜਾਂਦਾ ਮੈਥੋਂ ਇਹ ਕਿਉਂ ਹੋ ਜਾਂਦਾ ਹੁਣ ਮੈਂ ਨਹੀਂ ਕਰਾਂਗਾ ਫਿਰ ਕਰਦਾ ਕਿਉਂ ਜਦ ਬੁਰਾ ਕਰਮ ਕਰਦਾ ਉਹਦੇ ਚ ਪੂਰੀ ਇਕਾਗਰਤਾ ਹੈ ਜਦ ਬਾਣੀ ਪੜਦਾ ਉਹਦੇ ਚ ਇਕਾਗਰਤਾ ਹੈ ਹੀ ਨਹੀਂ ਜਦ ਵਾਹਿਗੁਰੂ ਵਾਹਿਗੁਰੂ ਜਪਦਾ ਹੈ ਉਹਦੇ ਚ ਇਕਾਗਰਤਾ ਹੈ ਹੀ ਨਹੀਂ ਤੋ ਉਹ ਸ਼ੁਭ ਕਰਮ ਉਹ ਗੁਰਬਾਣੀ ਮਨ ਦਾ ਹਿੱਸਾ ਹੀ ਨਹੀਂ ਬਣਦੀ ਕਹਿੰਦੇ ਮੈਂ ਅੱਜ ਦੋ ਸੁਖਵੰਨੀ ਸਾਹਿਬ ਦੇ ਪਾਠ ਕੀਤੇ ਨੇ ਪਰ ਗੁਰਵਾਣੀ ਤੇ ਇਹ ਕਹਿੰਦੀ ਹੈ ਸੁਖਵੰਨੀ ਸਾਹਿਬ ਤੇ ਇਹ ਕਹਿੰਦੀ ਕਿਨਕਾ ਏਕ ਜਿਸ ਜੀਵ ਬਸਾਵੇ ਤਾਂ ਕਿ ਮਹਿਮਾ ਗਨੇ ਨਾ ਆਵੇ ਕੀਤੇ ਹੋਣਗੇ ਤੂੰ ਦੋ ਪਾਠ ਅੰਦਰ ਤੇ ਤੇਰੇ ਕਿਨਕਾ ਮਾਤਰ ਵੀ ਕੋਈ ਨਹੀਂ ਜਿੰਨੇ ਚਿਰ ਤੱਕ ਮਨ ਦੀ ਪੂਰੀ ਕਾਗਰਤਾ ਨਾ ਹੋਵੇ ਸਾਵਧਾਨੀ ਨਾ ਹੋਵੇ ਉਹ ਕਰਮ ਮਨ ਦਾ ਹਿੱਸਾ ਨਹੀਂ ਬਣਦਾ ਨਹੀਂ ਬਣਦਾ ਜਦ ਸਾਰੀ ਦੁਨੀਆ ਦੇ ਵਿੱਚ ਬੜੇ ਬੜੇ ਸਤਸੰਗੀ ਇਸ ਤਰ੍ਹਾਂ ਦਾ ਪ੍ਰਸ਼ਨ ਕਰਦੇ ਨੇ ਗਿਆਨੀ ਜੀ ਕੀ ਕਰੀਏ ਸਾਵਧਾਨੀ ਇਕਾਗਰਤਾ ਇਥੇ ਬਣਦੇ ਹੀ ਨਹੀਂ ਮੈਂ ਕਿਹਾ ਬੁਰੇ ਕਰਮ ਦੇ ਸਾਵਧਾਨੀ ਇਤਨੀ ਵਰਤ ਚੁੱਕੇ ਆ ਗਲਤ ਕਰਮ ਅਜ ਸਾਵਧਾਨੀ ਇਤਨੀ ਵਰਤ ਚੁੱਕੇ ਆ ਬੜੇ ਪਰਬਲ ਸੰਸਕਾਰ ਬਣ ਗਏ ਬੜੇ ਪਰਬਲ ਸੰਸਕਾਰ ਬਣ ਗਏ ਤੇ ਜਿਵੇਂ ਬਹੁਤ ਵੱਡਾ SHIP ਜਾਜ਼ ਫੂਕਿਆਂ ਨਾਲ ਨਹੀਂ ਚਲੇਗਾ ਕਹਿੰਦੇ ਨੇ ਛੋਟੇ ਸਾਧਨਾਂ ਦੇ ਨਾਲ ਵੱਡੇ ਕਰਮ ਨਹੀਂ ਆਉਂਦੇ ਕੋਈ ਵੱਡਾ ਕੰਮ ਕਰਨਾ ਹੈ ਉਹਦੇ ਲਈ ਸਾਧਨ ਵੱਡਾ ਜੁਟਾਣਾ ਪੈਗਾ ਕਵੀ ਰਹੀਮ ਕਹਿੰਦੇ ਨੇ ਨਗਾਰਾ ਮੜਨਾ ਹੈ ਤੇ ਸੌ ਚੂਆਂ ਦੀ ਖਲ ਨਾਲ ਵੀ ਨਹੀਂ ਮੜਿਆ ਜਾ ਸਕਦਾ ਉਠਦੀ ਖਲ ਚਾਹੀਦੀ ਕਵੀ ਰਹੀਮ ਛੋਟੇ ਸਾਧਨਾ ਨਾਲ ਵੱਡਾ ਕੰਮ ਨਹੀਂ ਹੋ ਸਕਦਾ ਇਹਦੇ ਉੱਤੇ ਉਹਨਾਂ ਨੇ ਤਸ਼ਬੀਹ ਦਿੱਤੀ ਹੈ ਵੀ 100 ਚੂਆਂ ਦੀ ਚਮੜੀ ਇਕੱਠੀ ਕਰੋ ਤਾਂ ਵੀ ਨਗਾਰਾ ਨਹੀਂ ਮੜਿਆ ਜਾਏਗਾ ਇੱਕ ਉੱਠ ਕਾਫੀ ਹੈ ਨਗਾਰਾ ਮੜਿਆ ਜਾਏਗਾ ਅਕਸਰ ਨਗਾਰੇ ਉੱਠ ਦੀ ਖਲ ਨਾਲ ਮੜੇ ਜਾਂਦੇ ਨੇ ਵੱਡਾ ਕੰਮ ਵੱਡੇ ਸਾਧਨਾ ਨਾਲ ਹੋਵੇਗਾ ਇੱਕ 5 ਮਿੰਟ ਵਾਇਗਰੋ ਵਾਇਗਰੋ ਤੋਂ ਕਰ ਲਿਆ ਜਲਦੀ ਜਲਦੀ ਕਹਾ ਜਿਵੇਂ ਕੱਟੀ ਤਾਂ ਜਪਜੀ ਸਾਹਿਬ ਪੜ ਲਿਆ ਤੇ ਫਿਰ ਜਗਾ ਜਗਾ ਕਹਿੰਦਾ ਫਿਰ ਤਾਂ ਕੀ ਕਰੀ ਮਨ ਤੇ ਕਾਗਰ ਨਹੀਂ ਆਉਂਦਾ ਮਨ ਤੇ ਕਾਗਰ ਨਹੀਂ ਆਉਂਦਾ ਫੂਕਿਆਂ ਦੇ ਨਾਲ ਕਦੀ ਝਾਜ਼ ਚਲਦੇ ਨੇ ਚੋਆਂ ਦੀ ਖਲ ਨਾਲ ਕਿਦ ਰੇ ਨਗਾਰੇ ਮੜੇ ਜਾਂਦੇ ਜੀ ਅੰਦਰ ਬੁਰਾਈ ਪਹਾੜ ਵਰਗੀ ਹੋ ਗਈ ਹੈ ਬੜੀ ਪਰਵਲ ਹੋ ਗਈ ਹੈ ਤੋਂ ਇਤਨੀ ਪਰਵਲਤਾ ਇਤਨਾ ਸਮਾਂ ਇਤਨੀ ਮਿਹਨਤ ਨਾਮ ਜਪਣ ਦੇ ਚਾਹੀਦੀ ਹੈ ਤਾਂ ਜਾ ਕੇ ਕਿਦਰੇ ਖੇਡ ਬਣੇਗੇ ਕਬੀਰ ਕਹਿੰਦੇ ਨੇ ਕੀ ਕਰੀਏ ਲੋਗਾਂ ਨੂੰ ਆਰਾਮ ਖਿਲਾਉਣਾ ਜਾਣਾ ਬੱਚਿਆਂ ਦੀ ਖੇਡ ਸਮਝਿਆ ਕੋਈ ਜਪਦੀ ਲੋੜ ਨਹੀਂ ਜੀ ਕੋਈ ਤਪਦੀ ਲੋੜ ਨਹੀਂ ਸਿਰਫ ਵਿਚਾਰ ਕਰੋ ਬਾਰੰਗ ਬਾਰ ਬਾਰ ਪ੍ਰਭ ਜਪਿਏ ਇਹ ਗੁਰੂ ਅਰਜਨ ਦੇਵ ਜੀ ਤੋਂ ਵੀ ਜ਼ਿਆਦਾ ਸਿਆਣੇ ਹੋ ਗਏ ਨੇ ਬਾਰ ਬਾਰ ਜਪੋ ਬਾਰ ਬਾਰ ਜਪੋ 10 ਦਫਾ ਵਾਹਿਗੁਰੂ ਆਖੋ ਚਲੋ ਇੱਕ ਦਫਾ ਚ ਥੋੜਾ ਜਿਹਾ ਮਨ ਇਕਾਗਰ ਹੋਵੇਗਾ ਜਪੀ ਜਾਓ ਜਪੀ ਜਾਓ ਮਿਹਨਤ ਕਰੀ ਜਾਓ ਜਿਸ ਵਕਤ ਮਨ ਪੂਰਾ ਹੋਇਆ ਸਭਲਾ ਨਹੀਂ ਪੂਰੀ ਹੋਈ ਇੱਕੋ ਦਫਾ ਦੇ ਵਾਹਿਗੁਰੂ ਨੇ ਵੀ ਅੰਦਰ ਕ੍ਰਾਂਤੀ ਪੈਦਾ ਕਰ ਦੇਣੀ ਦੁਨੀਆ ਬਦਲ ਕੇ ਰੱਖ ਦੇਣੀ ਹੈ ਕਿਨ ਕਾ ਏਕ ਜਿਸ ਜੀਵਸਾਵੇ ਤਾਂਖੇ ਮਹਿਮਾ ਗਨੇ ਨਾ ਆਵੇ ਸਮਾਜ ਸਾਰੇ ਦਾ ਸਾਰਾ ਸਾਰੀ ਦੁਨੀਆ ਦਾ ਬੁਰਾ ਹੁੰਦਾ ਜਾ ਰਿਹਾ ਹੈ ਇਹ ਵੀ ਮੈਂ ਅਰਜ਼ ਕਰਾਂ ਸਿਰਫ ਇੱਕ ਦੇਸ਼ ਦੀ ਗੱਲ ਨਹੀਂ ਹੈ ਕਿ ਹਰ ਬੁਰੇ ਕਰਮ ਦੇ ਚ ਮਨ ਇਕਾਗਰ ਹੈ ਔਰ ਪੂਰਾ ਕਰਮ ਫਿਰ ਆਦਤ ਬਣ ਗਈ ਸੁਭਾਅ ਬਣ ਗਿਆ ਕਰਮ ਸੰਸਕਾਰ ਸੁਭਾਅ ਇੱਕ ਕਰਮ ਮੈਂ ਅੱਜ ਕੀਤਾ ਹੈ ਬੁਰਾ ਉਹਦੇ ਥੋੜੇ ਜਿਹੇ ਸੰਸਕਾਰ ਬਣੇ ਨੇ ਉਹਨਾਂ ਸੰਸਕਾਰਾਂ ਨੇ ਮੈਨੂੰ ਫਿਰ ਪ੍ਰੇਰਿਆ ਮੈਂ ਫਿਰ ਕੀਤਾ ਹੈ ਸੰਸਕਾਰ ਜ਼ਰਾ ਹੋਰ ਪਰਬਲ ਬਣ ਗਏ ਨੇ ਉਹਨਾਂ ਪਰਬਲ ਸੰਸਕਾਰਾਂ ਨੇ ਮੈਨੂੰ ਫਿਰ ਪਰੇ ਰਿਹਾ ਮੈਂ ਫਿਰ ਕਹਿੰਦਾ ਸੰਸਕਾਰ ਜ਼ਰਾ ਹੋਰ ਪਰਬਲ ਬਣ ਗਏ ਨੇ ਬਾਹਰ ਬਾਰੋ ਕਰਮ ਰਿਪੀਟ ਕਰਦੇ ਆ ਸੁਭਾਅ ਬਣ ਜਾਂਦਾ ਹੈ ਕਹਿੰਦੇ ਨੇ ਕਰਮ ਬਦਲੇ ਜਾ ਸਕਦੇ ਨੇ ਸੰਸਕਾਰ ਬਦਲੇ ਜਾ ਸਕਦੇ ਨੇ ਸੁਭਾਅ ਨਹੀਂ ਬਦਲਿਆ ਜਾ ਸਕਦਾ ਸੁਭਾਅ ਨਹੀਂ ਬਦਲਿਆ ਜਾ ਸਕਦਾ ਤੁਸੀਂ ਆਖੋਗੇ ਸੁਭਾਅ ਨਹੀਂ ਬਦਲਿਆ ਜਾ ਸਕਦਾ ਇਹਦੇ ਤੇ ਇੱਕ ਦਲੀਲ ਦੇ ਕੇ ਮੈਂ ਸਮਾਪਤੀ ਕਰਦੇ ਹਾਂ ਸਮਾ ਮੇਰਾ ਹੋ ਗਿਆ ਰਾਤੀ ਹੋਵਨ ਕਾਲੀਆਂ ਸੁਪੇ ਦਾ ਸੇਵਨ ਦੇਹੋ ਬੱਗਾ ੱੱੱ ਤੱਪੇ ਘਣਾ ਕਾਲੀਆਂ ਕਾਲੇ ਵਨ ਚਿੱਟਾ ਸੂਰਜ ਚੜਿਆ ਚਾਰੋਂ ਪਾਸੇ ਚਟਿਆਈ ਛਾ ਗਈ ਐ ਪਰ ਮਹਾਰਾਜ ਕਹਿੰਦੇ ਕਾਲੀਆਂ ਚੀਜ਼ਾਂ ਤੇ ਕਾਲੀਆਂ ਹੀ ਨੇ ਉਹ ਤੇ ਨਹੀਂ ਚਟੀਆਂ ਹੋ ਗਈਆਂ ਮਸਿਆ ਦੀ ਰਾਤ ਕਾਲੀ ਬੋਲੀ ਰਾਤ ਚਾਰੋਂ ਪਾਸੇ ਕਾਲਖ ਹੀ ਕਾਲਖ ਛਾ ਗਈ ਐ ਔਰ ਚਟੀਆਂ ਚੀਜ਼ਾਂ ਤੇ ਚਟੀਆਂ ਹੀ ਨੇ ਇਸ ਕਾਲਕ ਦਾ ਉਹਨਾਂ ਦੇ ਉੱਤੇ ਕੋਈ ਅਸਰ ਨਹੀਂ ਜਿਹਦਾ ਸੁਭਾਅ ਸੰਤ ਬਣ ਗਿਆ ਹੈ ਕਰੋਣਾ ਦੁਸ਼ਟ ਉਹਨੂੰ ਮਿਲਣ ਉਹ ਆਪਣਾ ਸੰਤਪਣਾ ਨਹੀਂ ਛੱਡੇਗਾ ਸੰਤ ਨਾ ਛਾੜੇ ਸੰਤਈ ਜੇ ਕੋਟਕ ਮਿਲੇ ਅਸੰਤ ਮਲਿਆਗਰ ਭਯੰਗਮ ਬੇੜਿਓ ਤੋ